ਮਿਸਾਬ ਇੱਕ ਰਿਪੋਰਟ ਤੁਹਾਨੂੰ ਸਾਂਝਾ ਪੰਜਾਬ ਤੇ ਜੀ ਆਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਸਾਂਝਾ ਪੰਜਾਬ ਸ਼ੋਅ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਜਨਾਬ ਟਰੈਮ ਦੇਖੋ ਜੀ ਨੱਠਾ ਜਾਂਦਾ ਹਾਂ ਜੀ ਅ ਸਾਲ ਦੀ ਆਦ ਵਿੱਚ ਪਹੁੰਚ ਗਿਆ ਫੇ ਪਤਾ ਨਹੀਂ ਲੱਗਿਆ ਮੈਂ ਕੱਲ ਹੀ ਆਇਆ ਸੀ ਤਾਂ ਇੱਕ ਇੱਕ ਦਿਨ ਛੱਡ ਕੇ ਵੀ ਗਾਲ ਚ ਉਹੀ ਆ ਬਈ ਦੇਖੋ ਹਰ ਕੋਈ ਵੀ ਕੰਮ ਆਪਾਂ ਕਰਦੇ ਜਾਂ ਟੀਵੀ ਦੇਖ ਲਓ ਲੋਕਡਾਊਨ ਆ ਜੀ ਸੜਕਾਂ ਤੇਲ ਜੋ ਸੜਕਾਂ ਬੀਜੀ ਨੇ ਹਾਈਵੇ ਬੀਜੀ ਨੇ ਹਾਈਵੇ ਸ਼ਾਮ ਨੂੰ ਜਾ ਕੇ ਦੇਖੋ ਪੂਰਾ ਰੋਸ਼ਾ ਪਰ ਪੂਰੀਆਂ ਚੱਲ ਰਹੀਆਂ ਨੇ ਗੱਡੀਆਂ ਮੇਰੇ ਸਮਝਣ ਦੀ ਲਾਕਡਾਊਨ ਹੈ ਕਿਹੜੇ ਪਾਸੇ ਉਹੀ ਤਾਂ ਮੈਂ ਦੇਖਦਾ ਹਾਂਜੀ ਮੈਂ ਆਪ ਨਿਕਲਦਾ ਜਦੋਂ ਬਾਹਰ ਤੇ ਟ੍ਰੈਫਿਕ ਇੰਨਾ ਬਲੌਕ ਹੋਇਆ ਸੀ ਕੱਲ ਕਿ ਉੱਥੇ ਘਟ ਘਟ 5-7 ਮਿੰਟ ਦੀ ਡਿਲੇ ਸੀਗਾ ਸਾਰਾ ਚੱਲ ਰਿਹਾ ਹੋ 27 ਮੇਰੇ ਖਿਆਲ ਚ ਕੱਲ 4-5 ਵਜੇ ਪੂਰਾ ਜਾਮ ਲੱਗਾ ਹੋਇਆ ਸੀ ਹਾਂਜੀ ਮਰ ਇਹਨੇ ਸ਼ੁਕਰ ਹੈ ਕਿ ਮੈਨ ਲੱਗਦਾ ਕੇਸ ਘਟ ਰਹੇ ਆ ਪਹਿਲਾਂ ਨਾਲੋਂ ਲੋਕੇ ਇਹਤਿਆਤ ਵਰਤ ਰਹੇ ਆ ਸਮਝ ਰਹੇ ਆ ਕਿ ਸਾਡੀ ਜ਼ਿੰਦਗੀ ਜਿਆਦਾ ਇੰਪੋਰਟੈਂਟ ਏ ਆ ਇਸ ਲਈ ਉਹਨੂੰ ਡਿਸਟੈਂਸ ਮੇਨਟੇਨ ਕਰਕੇ ਚੱਲ ਰਹੇ ਆ ਚੱਲਣਾ ਚਾਹੀਦਾ ਵੀ ਆ ਕਿਉਂਕਿ ਉਹ ਕਹਿੰਦੇ ਆ ਨਾ ਹਿੰਦੀ ਦੀ ਫਿਲਮ ਦਾ ਨਾਮ ਏ ਇਹ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਦੈਟਸ ਰਾਈਟ ਮੈਂ ਕਈ ਵਾਰੀ ਕਈ ਵਾਰੀ ਦੇਖਦਾ ਹੁੰਦਾ ਜੇ ਮੈਨੂੰ ਕੋਈ ਕਾਲ ਆਵੇ ਉਹ ਆਉਸੀ ਖਿੱਚੋ ਤਾਣ ਹੋ ਜਾਂਦੀ ਕਈ ਵਾਰੀ ਪਰਿਵਾਰ ਦੇ ਵਿੱਚ ਮੈਂ ਕਹਿੰਦਾ ਹੁੰਦਾ ਯਾਰ ਲੋਕਾਂ ਨੂੰ ਜਾਣਦੀ ਪਈ ਹੋਈ ਆ ਤੇ ਤੁਸੀਂ ਲੜੀ ਜਾਂਦੇ ਹੋ ਹੈਨਾ ਸਹੀ ਗੱਲ ਹੈ ਹੈ ਤਾਂ ਸ਼ਾਇਦ ਘਰ ਰਹਿ ਰਹਿ ਕੇ ਜਦਾ ਕਲੋਜ਼ ਰਹਿ ਕੇ ਵੀ ਉਹ ਜਿਹੜੀ ਆ ਉਹ ਥੋੜੀ ਠੀਕ ਘਰ ਦੇ ਇਕੱਠੇ ਰਹੇ ਨਹੀਂ ਨਾ ਫ੍ਰਿਕਸ਼ਨ ਜਿਹੜੀ ਹੈ ਜਿੰਨੀ ਫ੍ਰਿਕਸ਼ਨ ਹੁੰਦੀ ਹੈ ਨਾ ਜੀ ਉਹਨਾਂ ਸਪਾਰਕ ਵੀ ਜ਼ਿਆਦਾ ਹੋ ਸਕਦਾ ਇਹ ਵੀ ਰੀਜ਼ਨ ਹੋ ਸਕਦਾ ਜੇ ਕੋਈ ਲੜਾਈ ਕਰੇ ਘਰ ਤੁਸੀਂ ਕਹਿੰਦੇ ਕਿ ਡੋਡਾ ਕਮਰੇ ਚ ਹਫਤਾ ਫਤਾ ਰਹੋ ਫੇਰ ਨਿਕਲਿਓ ਬਾਹਰ ਆ ਗਏ ਕੋਈ ਲੋੜੇ ਨਹੀਂ ਬਾਜੀ ਪਤਾ ਕੀ ਹੁੰਦਾ ਉਹ ਕੋਈ ਵੀ ਕੀ ਹੁੰਦਾ ਕਿ ਇਸੇ ਬਾਬੇ ਕੋਲੇ ਗਈ ਬੀਬੀ ਉਹ ਗਈ ਤੇ ਕਹਿੰਦੀ ਅਖੇ ਬਈ ਨੋ ਸੱਸ ਦੀ ਲੜਾਈ ਬਹੁਤ ਹੁੰਦੀ ਆ ਤੇ ਉਹਨੇ ਕਿ ਕੀਤਾ ਬਾਬੇ ਨੇ ਧਾਗਾ ਦਿੱਤਾ ਅੱਛਾ ਨੋ ਨੋ ਬਈ ਜਦੋਂ ਤੇਰੀ ਸੱਸ ਬੋਲੂ ਨਾ ਤੇ ਧਾਗਾ ਮੂੰਹ ਚ ਪਾ ਕੇ ਨਾ ਦੰਦਾਂ ਵਿੱਚ ਚਿਬੀ ਜਾਣਾ ਜਿੰਨਾ ਚਿਰ ਬੋਲੀ ਜਾਊਗੀ ਠੀਕ ਹੈ ਤੇ ਉਹ ਧਾਗਾ ਮੂੰਹ ਚ ਨੋ ਨੇ ਪਾ ਲਿਆ ਜੀ ਤੇ ਜਦੋਂ ਸੱਸ ਉਹਦੀ ਬੋਲੇ 10 ਮਿੰਟ ਬੋਲ ਕੇ ਸੱਸ ਹਟ ਗਈ ਨੋ ਬੋਲੀ ਨਹੀਂ ਕੁਝ ਵੀ ਨਹੀਂ ਗੱਲਬਤ ਹੋਈ ਤੇ ਉਹ ਕਹਿੰਦੀ ਬਾਬਾ ਜੀ ਧਾਗੇ ਦਾ ਬੜਾ ਅਸਰ ਹੋਇਆ ਉਹ ਕਹਿੰਦੀ ਧਾਗੇ ਦਾ ਅਸਰ ਨਹੀਂ ਹੋਇਆ ਵੀ ਇੱਕ ਚੁੱਪ ਤੇ 100 ਸੌਖਾ ਪਰ ਇੱਕ ਵਿਸ਼ਵਾਸ ਤੇ ਕੰਮ ਆਇਆ ਨਾ ਇਹੋਨਾਂ ਦੇ ਉਹ ਕਹਿੰਦੀ ਬਾਬਾ ਜੀ ਨਹੀਂ ਧਾਗਾ ਦਿੱਤਾ ਸੀ ਸਾਡੀ ਲੜਾਈ ਖਤਮ ਹੋ ਗਈ ਮੇਰੇ ਬੀਸੀ ਇਦਾਂ ਦੀ ਗੱਲ ਸੁਣਾਇਆ ਕਰਦੇ ਕਹਿੰਦੇ ਵੀ ਉਹਨੂੰ ਬਾਬੇ ਨੇ ਕਹੇ ਤੂੰ ਮੂੰਹ ਚ ਪਾਣੀ ਦਾ ਘੁੱਟ ਭਰ ਕੇ ਰੱਖਿਆ ਕਰ ਤੇ ਉਹਨੂੰ ਬਾਹਰ ਨਹੀਂ ਡਿਗਨ ਦੇਣਾ ਮਸਲਾ ਇਹ ਕਿ ਜਿੰਨਾ ਤੁਸੀਂ ਚੁੱਪ ਕਰ ਜਾਓ ਉਸ ਹੀਟ ਆਫ ਦਿ ਮੂਮੈਂਟ ਦੇ ਉੱਤੇ ਪਰਿਵਾਰ ਰੋਜ਼ ਰੋਜ਼ ਇਨੀ ਜਨਬ ਬੰਦੇ ਦੇ ਦੇਖੋ ਜੀ ਹੈ ਹੀ ਪਰਿਵਾਰ ਤੇ ਸਿਹਤ ਹੈ ਦੋ ਗੱਲਾਂ ਨੇ ਹਾਂਜੀ ਪਹਿਲਾ ਤੁਹਾਡੀ ਸਿਹਤ ਸਹੀ ਹੈ ਜੀ ਕੰਮਕਾਰ ਬਿਜ਼ਨਸ ਅਪ ਡਾਊਨ ਹੁੰਦੇ ਰਹਿੰਦੇ ਨੇ ਦੁਆਰਾ ਬਣ ਜਾਂਦੇ ਨੇ ਹਨਾ ਜਿਹੜੀ ਤੁਹਾਡੀ ਸਿਹਤ ਹੈ ਜਦ ਬੰਦੇ ਦੀ ਸਿਹਤ ਨਹੀਂ ਠੀਕ ਹੁੰਦੀ ਮੜ ਜਾ ਕੋਈ ਵਿਅਕਤੀ ਕਹਿ ਦੇਵੇ ਯਾਰ ਤੇਰੇ ਨਾ ਚਿਹਰਾ ਉਤਰਿਆ ਹੋਇਆ ਹੈ ਉਹ ਦੋਖ ਨੇ ਹੋਰ ਕਹਤਾ ਬੰਦਾ ਕਹਦਾ ਸੱਚੀ ਮੈਨੂੰ ਕੁਝ ਹੋਇਆ ਤੇ ਤੁਹਾਨੂੰ ਆਪਣੇ ਆਪ ਸਟਰੋਂਗ ਰਹਿਣਾ ਪੈਂਦਾ ਤੇ ਦੂਜਾ ਪਰਿਵਾਰ ਹੈ ਦੋਈ ਚੀਜ਼ਾਂ ਜਿਹੜੇ ਸਮਾੜ ਲਈਆਂ ਉਹ ਬੰਦਾ ਕੰਮ ਜਾਵੇ ਮੇਰੇ 2008 ਦੇ ਵਿੱਚ ਹਮ ਮੇਰੇ ਦੋਨੇ ਬਾਹਾਂ ਤੇ ਪਲਸਟਰ ਚੜਿਆ ਸੀਗਾ ਅੱਛਾ ਹਾਂ ਤੇ ਇੱਕ ਤੇ ਮਤਲਬ ਇਥੋਂ ਫ੍ਰੈਕਚਰ ਹੋ ਗਿਆ ਸੀ ਬਾਹਾਂ ਦੇ ਉੱਤੇ ਹਮ ਹਮ ਦੂਜਾ ਮੈਂ ਗੁਰਦੁਆਰੇ ਸਲਿੱਪ ਕਰ ਗਿਆ ਤੇ ਆ ਇਹ ਲਈ ਨੇ ਬੋਨਸ ਐ ਮੈਟਾਕਾਰਪਸ ਇਹ ਟੁੱਟ ਗਏ ਸੀਗੇ ਮੈਂ ਤੁਹਾਡੀ ਫੋਟੋ ਦੇਖੀ ਸੀ ਤੇ ਬਾਹਾਂ ਤੇ ਦੋਨੇ ਪਲਸਟਰ ਦੋਨੇ ਦੋਨੇ ਵਿੱਚ ਤੇ ਮੇਰੇ ਤੋਂ ਪੱਗ ਵੀ ਨਹੀਂ ਸੰਭਣੀ ਜਾਂਦੀ ਉਸ ਵੇਲੇ ਹਮ ਸਭ ਤੋਂ ਨੇੜੇ ਕੌਣ ਸੀ ਪਰਿਵਾਰ ਸੀ ਹਮ ਉਹ ਮੇਰੇ ਲਈ ਸਵੇਰੇ 15-16 ਗਲਾਸ ਪਾਣ ਦੇ ਭਰ ਕੇ ਉਹਨਾਂ ਸਟ੍ਰਾਪ ਆ ਕੇ ਰੱਖ ਜਾਂਦੇ ਸੀਗੇ ਹਮ ਕਿ ਇਹਨੇ ਪਿੱਛੋਂ ਪੀਲੇਗਾ ਤੇ ਖਾਣਾ ਤੇ ਮੈਂ ਉਹਨਾਂ ਦੇ ਆਂਤ ਹੀ ਖਾਣਾ ਹੁੰਦਾ ਸੀਗਾ ਸੋ ਸਾਨੂੰ ਵਾਸ਼ ਕਰਨਾ ਸਾਰੀ ਸਫਾਈ ਕਰਨੀ ਇਸ ਤੋਂ ਉੱਤੇ ਕੁਰਬਾਨੀ ਪਰਿਵਾਰ ਤੋਂ ਇਲਾਵਾ ਕੋਈ ਹੋਰ ਕਰ ਨਹੀਂ ਸਕਦਾ ਸਹੀ ਗੱਲ ਤੇ ਜੇ ਤੁਸੀਂ ਪਰਿਵਾਰ ਦੀ ਇੱਜ਼ਤ ਨਹੀਂ ਕਰ ਸਕਦੇ ਫਿਰ ਸੋਸਾਇਟੀ ਵੀ ਤੁਹਾਡੀ ਇੱਜ਼ਤ ਨਹੀਂ ਕਰਦੀ ਸਹੀ ਗੱਲ ਸਹੀ ਗੱਲ ਉਹ ਵੀ ਦੇਖਦੇ ਕਿ ਜਿਹੜਾ ਬੰਦਾ ਆਪਣੇ ক্লোਜ਼ ਦਾ ਨਹੀਂ ਹੋ ਸਕਿਆ ਉਹ ਬਾਹਰਲਾ ਕੀ ਹੋਣਾ ਦੁਸਾਨ ਸਾਹਿਬ ਬਚਪਨ ਤੋਂ ਮੇਰਾ ਸਕੂਲ ਰਿਹਾ ਹੈ ਮੈਂ ਦੋ ਸੱਤਵੀਂ ਅੱਠਵੀਂ ਸੀਗਾ ਪਰ ਇੰਨੀ ਕੋ ਅਵੇਅਰਨੈਸ ਸੀਗੀ ਕਿ ਜਿਸ ਮੇਰੇ ਫਰੈਂਡ ਦਾ ਆਪਣੇ ਮਾਪਿਆਂ ਨਾਲ ਇਹ ਨਾ ਗੱਲ ਬਣੀ ਰਿਸਪੈਕਟ ਨਹੀਂ ਕੀਤੀ ਉਹਨੇ ਮੈਂ ਉਹਦੇ ਨਾਲ ਕਿ ਦੋਸਤ ਨਹੀਂ ਕੀਤੇ ਸਿਸ਼ਟ ਭਾਜੀ ਦੇਖੋ ਧਾਰਮਿਕ ਸਥਾਨਾਂ ਤੇ ਜਾ ਕੇ ਮਥੇ ਟਿਕੀ ਜਾਈਏ ਜਿੰਨੇ ਮਰਜੀ ਟਿਕੀ ਜਾਈ ਕੋਈ ਫਾਇਦਾ ਨਹੀਂ ਠੀਕ ਹੈ ਨਾ ਜਿਹੜੇ ਘਰ 'ਚ ਤੁਹਾਡਾ ਰੱਬ ਬੈਠਾ ਉੱਥੇ ਜੇ ਤੁਸੀਂ ਉਹਨੂੰ ਨਹੀਂ ਪੂਜਦੇ ਉਥੇ ਮਥੇ ਟੇਕਣ ਦਾ ਕੀ ਵਜ੍ਹਾ ਸਾਰਾ ਤੁਹਾਡਾ ਸਾਝਾ ਪੰਜਾਬ ਜਿਹੜਾ ਤੁਹਾਡੇ ਘਰ 'ਚ ਹੀ ਬੈਠਾ ਜਣਾ ਬਸ ਬਾਹਰ ਕਿਤੇ ਵੀ ਨਹੀਂ ਕਿਤੇ ਰੋਡ ਜਾਣ ਦੀ ਕੀ ਰੋਡ ਹੈ ਤੁਸੀਂ ਆਪਣੇ ਮਾਪੇ ਬ ਦੀ ਜਿਹੜੇ ਵੀ ਬਜ਼ੁਰਗ ਨੇ ਤੁਹਾਡੇ ਘਰ ਦੇ ਵਿੱਚ ਜੇ ਤੁਸੀਂ ਰਿਸਪੈਕਟ ਲੈਣੀ ਹੈ ਇਹ ਬੰਦਾ ਸੋਚੇ ਕਿ ਮੈਂ ਆ ਦੂਸਰੇ ਤੋਂ ਰਿਸਪੈਕਟ ਲੈਣੀ ਨਾ ਜੀ ਦੂਜੇ ਦੀ ਰਿਸਪੈਕਟ ਕਰਨੀ ਪੈਗੀ ਜੀ ਠੀਕ ਹੈ ਨਾ ਲਾਈਫ ਵਿੱਚ ਹੈ ਕੀ ਆ ਗਿਵਨ ਟੇਕ ਹੈ ਅਸੀਂ ਕਈ ਵਾਰੀ ਚੀਮਾ ਸਾਹਿਬ ਅਸੀਂ ਦੂਜੇ ਨੂੰ ਬਦਲਦੇ ਉੱਤੇ ਜ਼ਿਆਦਾ ਟਾਈਮ ਲਾਉਂਦੇ ਹਾਂ ਬਿਲਕੁਲ ਸਹੀ ਗੱਲ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਇੱਕ ਛੋਟੀ ਜੀ ਗੱਲ ਤੁਸੀਂ ਆਪਣੇ ਆਪ ਨੂੰ ਬਦਲ ਲਓ ਬਿਲਕੁਲ ਤੇ ਮਸਲਾ ਹੱਲ ਹੋ ਸਕਦਾ ਜੇ ਤੁਸੀਂ ਇਹ ਕਹੋ ਕਿ ਮੈਂ ਹੀ ਸਭ ਕੁਝ ਕਰਦਾ ਜੋ ਸਹੀ ਹੈ ਇਹ ਵੀ ਸਹੀ ਨਹੀਂ ਬਿਲਕੁਲ ਸਹੀ ਗੱਲ ਆ ਕੱਲ ਪਰਸੋ ਮੈਂ ਇੱਕ ਕਿਦਰੇ ਮੇਰੇ ਕੋਲ ਲਿੰਕ ਆਇਆ ਇੱਕ ਬੱਚੀ ਹਮ ਹਮ ਉਹਨੇ ਨਿੱਕੀ ਜਿਹੀ ਸਪੀਚ ਦਿੱਤੀ ਬੜੀ ਅਟਰੈਕਟਿਵ ਸਪੀਚ ਸੀਗੀ ਉਹਦੀ ਹਮ ਫਨੀ ਟਾਈਪ ਦੀ ਸੀਗੀ ਉਹਦੇ ਕਮੈਂਟ ਕਹਿੰਦੀ ਜੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਹਾਡੀ ਜ਼ਿੰਦਗੀ ਚ ਕੀ ਚੱਲ ਰਿਹਾ ਹਮ ਤਾਂ ਆਪਣੇ ਗਵਾਂਡੇ ਜਾ ਕੇ ਪੁੱਛ ਲਓ ਉਹਨਾਂ ਨੇ ਪੂਰਾ ਅਕਾਊਂਟ ਰੱਖਿਆ ਤੁਹਾਡੇ ਵਾਸਤੇ ਕਿਉਂਕਿ ਦੂਜਿਆਂ ਬਾਰੇ ਫੋਕਸ ਜ਼ਿਆਦਾ ਆਪਣੇ ਬਾਰੇ ਘੱਟ ਆ ਇਕੋ ਖਾਵਤ ਜਿਹੜੀ ਤੁਸੀਂ ਸੁਣੀ ਹੋਣੀ ਕਿ ਘਰੋਂ ਜਾਈਏ ਰੱਜ ਕੇ ਤੇ ਬਾਹਰੋਂ ਮਿਲੇ ਭੱਜ ਕੇ ਬਾਹਰੋਂ ਮਿਲੇ ਭੱਜ ਕੇ ਤੇ ਜੇ ਘਰੋਂ ਤੁਹਾਡੀ ਇੱਜ਼ਤ ਨਹੀਂ ਹੈਗੀ ਤੇ ਬਾਹਰੋਂ ਤੁਹਾਨੂੰ ਇੱਜ਼ਤ ਨਹੀਂ ਬਾਹਰੋਂ ਬਾਹਰੋਂ ਨਹੀਂ ਮੈਂ ਤੁਸੀ ਘਰੋਂ ਘਰੋਂ ਤੁਸੀਂ ਰੱਜਿਓ ਨਾ ਇੱਜ਼ਤ ਦੇ ਨਾਲ ਤੇ ਬਾਹਰੋਂ ਵੀ ਲੋਕ ਕਿਸ ਤਰ੍ਹਾਂ ਕਰਦੇ ਆ ਉਹ ਤੁਹਾਡੇ ਕਿਰਦਾਰ ਸ਼ੋਅ ਕਰਦਾ ਕਿ ਤੁਸੀਂ ਇਨਸਾਨ ਕਿਦਾਂ ਦੇ ਹੋ ਬਸ ਪਰਿਵਾਰ ਦੇ ਪਤਾ ਲੱਗਦਾ ਉਥੋਂ ਪਤਾ ਲੱਗਦਾ ਹੁੰਦਾ ਕੀ ਹੈ ਕਿ ਕਈ ਵਾਰੀ ਆਮ ਇਹ ਜਿੱਦਾਂ ਹੁਣ ਸਪੈਸ਼ਲ ਬ੍ਰਾਂਟਲ ਦੇ ਵਿੱਚ ਤਾਂ ਫੇ ਆਣ ਗਵਾੜੀ ਪੁੱਛਦਾ ਤੁਹਾਡੇ ਗੱਡੀਆਂ ਦੋ ਆ ਤੀਜੀ ਗੱਡੀ ਕਿਹਦੀ ਖੜੀ ਸੀ ਜੇ ਗੱਡੀ ਨਹੀਂ ਹੈਗੀ ਤਾਂ ਫੇ ਕਿੱਥੇ ਗਏ ਹੋ ਸੀ ਤੁਸੀਂ ਗੱਡੀ ਹੈ ਨਹੀਂ ਸੀ ਘਰ ਸਹੀ ਗੱਲ ਹੈ ਇਹ ਚੰਗੀ ਵੀ ਹੈ ਮਾੜੀ ਵੀ ਹੈ ਤੇ ਹੁਣ ਹੁਣ ਅੱਜ ਕੱਲ ਇਹ ਆ ਮੇਰੇ ਦੋ ਗੱਡੀਆਂ ਤੁਹਾਡੇ ਚਾਰ ਖੜੀਆਂ ਤਾਂ 311 ਕਾਲ ਕਰਦੇ ਪਿੱਛੇ ਜੇ ਹੋਇਆ ਪਰਿਵਾਰ ਨਾਲ ਅੱਛਾ 311 ਕਾਲ ਕਰਤੀ ਉਦੋਂ ਗੈਸਟ ਨਹੀਂ ਆ ਸਕਦੇ ਅੱਜ ਵੀ ਨਹੀਂ ਆ ਸਕਦੇ 311 ਕਾਲ ਕਰਤੀ ਤੇ ਇਨਫੋਰਸਮੈਂਟ ਵਾਲੇ ਆ ਗਏ ਉਹਨਾਂ ਨੇ ਕਿਹਾ ਵੀ ਆ ਦੋ ਕਾਰਾਂ ਜਿਹੜੀਆਂ ਤੁਹਾਡੀਆਂ ਖੜੀਆਂ ਨੇ ਤੁਹਾਡੇ ਗੈਸਟ ਆਏ ਹੋਏ ਦੋ ਕਪਲ ਸੀਗੇ अच्छा ਤੇ ਉਹਨਾਂ ਨੇ ਕਿਹਾ ਜੀ ਨਹੀਂ ਜੀ ਇੱਥੇ ਇੱਥੇ ਰਹਿੰਦੇ ਆ ਕਹਿੰਦੇ ਜੀ ਆਪਣੀਆਂ ਆੜੀਆਂ ਦਿਖਾਓ 880 ਡਾਲੇ ਦੇ ਦੋਨੋਂ ਟੈਟਮੈਂਟ ਅੱਛਾ ਤੇ ਉਹ ਕਪਲ ਦੀਆਂ ਫੋਟੋਆਂ ਵੀ ਖਿੱਚ ਕੇ ਲਗਾਏ ਕਾਰ ਦੀਆਂ ਫੋਟੋਆਂ ਵੀ ਖਿੱਚ ਕੇ ਲੈ ਕੇ ਗਏ ਬਾਦੂ ਕਾਰ ਖੜੀ ਦਾ ਇਹ ਵੀ ਇਹ ਸਾਡਾ ਮਤਲਬ ਦੇਸੀ ਵਾਇਰਲੈਸ ਸਰਵਲੈਂਸ ਸਿਸਟਮ ਹੋ ਗਿਆ ਜੀ ਹਾਂ ਜੀ ਇਹਨਾਂ ਦੋ ਕਾਰਾਂ ਹੁੰਦੀਆਂ ਅੱਜ 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 ਚਾਰ ਕਿੱਧਰ ਖੜੀਆਂ ਡਰਾਈਵ ਵਿੱਚ ਸਹੀ ਗੱਲ ਹੈ ਤ੍ਰੀਬੰਦ ਮਨ ਕੋਲ ਕੀਤੀ ਉਹ 15 ਮਿੰਟਾਂ ਚ ਆ ਗਏ ਵੈਰੀ ਗੁੱਡ ਜੋ ਕਹਿੰਦੇ ਵੀ ਅਸੀਂ ਤਾਂ ਮੁੜ ਕੇ ਜਾਂਦੇ ਨਹੀਂ ਕਿਸੇ ਦੇ ਕੋਈ ਪਰਿਵਾਰ ਬੜਾ ਹੀ ਅਵੇਅਰ ਹੋਣਾ ਕਿ ਜੀ ਕਰੋਨਾ ਤੋਂ ਬਚ ਕੇ ਰਹਿਣਾ ਚਾਹੀਦਾ ਇਸ ਕਰਕੇ ਸ਼ਾਇਦ ਉਹਨਾਂ ਨੇ ਸੈਲਫ ਐਨਫੋਰਸਮੈਂਟ ਹੀ ਕਰ ਲਈ ਉਸ ਚੀਜ਼ ਤੇ ਜਾ ਕੇ ਥੋੜੀ ਗੱਲਬਾਤ ਕਰੀਏ ਕਿ ਪਹਿਲੀ ਜੂਨ ਤੋਂ ਜਿਹੜਾ ਨਵਾਂ ਮੋਰਗੇਸ ਸਿਸਟਮ ਚੇਂਜ ਹੋਣ ਜਾ ਰਿਹਾ ਸਟ੍ਰੈਸ ਦਾ ਉਸ ਬਾਰੇ ਥੋੜੀ ਜਾਣਕਾਰੀ ਦਿਓ ਦੇਖੋ ਜੀ ਕਈ ਲੋਕਾਂ ਵਾਸਤੇ ਤਾਂ ਇਹ ਸਮਝ ਰਿਹਾ ਕਿ ਪਹਾੜ ਡੇਗਾ ਨਾਲ ਆ ਹੂੰ ਪਰ ਜਿਹੜਾ ਚੇਂਜ ਹੈ ਨਾ ਜੀ ਇੱਕ ਜ਼ਿੰਦਗੀ ਦਾ ਕਸੂਲ ਹੈ ਹਮ ਬੈਂਕਾਂ ਦੇ ਕੋਲ ਇੰਨੀਆਂ ਐਪਲੀਕੇਸ਼ਨਾਂ ਲੱਗੀਆਂ ਹਮ ਕਿ ਲੋਕੀ ਕਹਿੰਦੇ ਕਿ ਸਾਨੂੰ 1 ਜੂਨ ਤੋਂ ਪਹਿਲਾਂ ਪਹਿਲਾਂ ਅਪਰੂਵਲ ਮਿਲ ਜਾਵੇ ਪਤਾ ਨਹੀਂ ਬਾਅਦ ਪਤਾ ਨਹੀਂ ਮਕਾਨ ਲੈ ਜਾਣਾ ਹੈ ਕਿ ਨਹੀਂ ਲੈ ਜਾਣਾ ਹਮ ਹਮ 2017 ਚ ਵੀ ਇਦਾਂ ਹੋਇਆ ਸੀ ਜੀ ਤੁਸੀਂ ਦੇਖਿਆ ਮਾਰਕੀਟ ਡ੍ਰਾਪ ਹੀ ਉਸ ਤੋਂ ਬਾਅਦ ਹਮ ਲੋਕੀ ਫੇਅਰ ਬਾਏ ਕਰਦੇ ਹਮ ਜਿਹੜੀ ਇਹ ਪੈਨਿਕ ਮੈਂਟੈਲਿਟੀ ਹੈ ਏ ਬੜੀ ਡੇਂਜਰਸ ਮੈਂਟੈਲਿਟੀ ਐਂਡ ਇਹ ਮਕਾਨਾਂ ਦੇ ਪ੍ਰਾਈਸ ਅਪ ਡਰਾਈਵ ਕਰਨ ਦੇ ਵਿੱਚ ਕੰਮ ਬੜਾ ਕਰ ਰਹੇ ਹੂੰ ਕਿ ਹਰ ਇੱਕ ਨੂੰ ਲੱਗਦਾ ਕਿ ਅੱਜ ਹੀ ਆਫਰ ਪਾ ਕੇ ਕਿਉਂਕਿ ਉਹਦੀ ਇੱਕ ਸਟਿਪੂਲੇਸ਼ਨ ਹੈ ਰੇਟ ਚੇਂਜ ਦੀ ਜੇ ਅਸੀਂ ਪੁਰਾਣੇ ਸਟ੍ਰੈਸ ਟੈਸਟ ਤੇ ਰਹਿਣਾ ਚਾਹੁੰਦੇ ਹੂੰ ਜੀ ਤੁਹਾਡੇ ਕੋਲ 1 ਜੂਨ ਤੋਂ ਪਹਿਲਾਂ ਲੀਗਲ ਸਾਈਨਡ ਡਾਕੂਮੈਂਟਸ ਹੋਣੇ ਚਾਹੀਦੇ ਆ ਜਿਹੜਾ ਐਗਰੀਮੈਂਟ ਆਫ ਪਰਚੇਸ ਹੈ ਜਿਹਨੂੰ ਆਪਾਂ ਕਹਿੰਦੇ ਆ ਹੂੰ ਜੇ ਉਹ ਨਹੀਂ ਹੈਗਾ ਤੁਹਾਡਾ ਪ੍ਰੀ ਅਪਰੂਵਲ ਜੋ ਐਪਰੂਵਲ ਜੋ ਵੀ ਪਿੱਛੇ ਹੋਇਆ ਉਹ ਸਾਰਾ ਤੁਹਾਡਾ ਕੈਨਸਲ ਹੋ ਗਿਆ ਨਵੇਂ ਸਿਰ ਤੋਂ ਉਹ ਸੈੱਟ ਹੋਣਾ। ਓਕੇ। ਤੇ ਉਹਦੇ ਨਾਲ ਐਕਸਪੈਕਟੇਸ਼ਨ ਹੈਗੀ ਹੈ ਕਿ ਲੋਕਾਂ ਦੇ ਜਿਹੜੀ ਮੈਕਸੀਮਮ ਮਾਰਗੇਜ ਹੈਗੀ ਆ ਤੇ ਮੰਨ ਲਓ ਤੁਹਾਨੂੰ 7 ਲੱਖ ਮਿਲਦੀ ਹੈ ਮਾਰਗੇਜ ਮੈਕਸੀਮਮ ਤੁਹਾਡੇ ਪੈਰਾਮੀਟਰ ਦੇ ਹਿਸਾਬ ਨਾਲ ਉਹ ਤੁਹਾਡੀ 27-28000 ਥੱਲੇ ਆ ਜਾਣੀ ਓਕੇ ਕਿ 4 ਤੋਂ 4.5% ਉਮੀਦ ਹੈ ਕਿ ਤੁਹਾਡਾ ਰੇਂਜ ਦੇ ਵਿੱਚ ਫਰਕ ਪੈਣਾ ਸੋ ਯੂ हैव टू ਕਮ ਅਪ ਵਿਦ 728-29000 ਡਾਲਰ 7 ਲੱਖ ਦੇ ਮਕਾਨ ਵਾਸਤੇ ਇਹ ਚੇਂਜ ਹੋ ਜਾ ਰਿਹਾ 1 ਜੂਨ ਤੋਂ ਐਪਲੀਕੇਬਲ ਹੈ ਬਹੁਤਾ ਨਹੀਂ ਚੇਂਜ ਹੋਇਆ ਨਹੀਂ ਬੋਦਾ ਮਾਈਨਰ ਹੈ 4.7 9 ਤੋਂ 5.25 ਤੱਕ ਆ ਰਿਹਾ ਤੇ ਉਹਦੇ ਨਾਲ ਥੋੜਾ ਫਰਕ ਤਾਂ ਪਏਗਾ ਕਿਉਂਕਿ ਇਹ ਜ਼ਰੂਰਤ ਵੀ ਹੈਗੀ ਆ ਜਿਹੜੇ ਆਪਣੇ ਹਾਕਮਰਨ ਹੈਗੇ ਉਹ ਵੀ ਦੇਖ ਰਹੇ ਆ ਅਬਜ਼ਰਵ ਕਰ ਰਹੇ ਆ ਰੈਗੂਲੇਟਰੀ ਬਾਡੀਜ਼ ਵਰੀਡ ਹੈਗੀਆਂ ਕਿ ਮਕਾਨਾਂ ਦੀ ਜਿਹੜੀ ਕੀਮਤ ਹੈ ਉਹ ਰੇਂਜ ਤੋਂ ਬਾਹਰ ਹੋ ਜਾਂਦੀ ਹੈ ਸਾਡੇ ਬੱਚੇ ਨਹੀਂ ਬਾਹਰ ਕਰ ਸਕਦੇ ਕੋਈ ਜਵਾਨਾ ਸੀਗਾ ਕਿ 18 ਸਾਲ 19 ਸਾਲ ਤੋਂ ਬਾਅਦ ਬੰਦਾ ਆਪਣੇ ਮਕਾਨ ਚ ਇੰਡੀਪੈਂਡੈਂਟ ਮੂਵ ਕਰ ਜਾਂਦਾ ਸੀ ਹੁਣ ਤੇ ਬੱਚੇ 28-30 ਸਾਲ ਦੇ ਤੁਹਾਡੇ ਘਰਾਂ ਚ ਬੈਠੇ ਆ ਉਹ ਬਾਏ ਨਹੀਂ ਕਰ ਸਕਦੇ ਕਿਉਂਕਿ ਮਕਾਨ ਦੀ ਕੀਮਤ ਬੇਸਿਕ ਜਿਹੜੀ ਮਿਨਿਮਮ ਹੈਗੀ ਹੈ ਉਹ 8 ਲੱਖ ਤੋਂ ਨਿਰਧਿਤ ਹੈ ਹੀ ਨਹੀਂਗੀ। ਦੈਟਸ ਰਾਈਟ ਹੂੰ ਹੂੰ ਤੇ ਉਹਦੇ ਲਈ ਐਲੀਜੀਬਿਲਟੀ ਲਈ ਤੁਹਾਨੂੰ ਘੱਟੋ ਘੱਟ 1 ਲੱਖ 30 35 ਹਜ਼ਾਰ ਡਾਲਰ ਦੀ ਇਨਕਮ ਚਾਹੀਦੀ। ਇਹ ਸਾਰਿਆਂ ਵਾਸਤੇ ਜਾਂ ਫਸਟ ਟਾਈਮ ਬਾਏਰ। ਇਹ ਐਕਚੁਅਲੀ ਜਿਹੜਾ ਆਫੀਸਰ ਆਫ ਸੁਪਰੀਮ ਨੈਸ਼ਨਲ ਫਾਈਨੈਂਸ਼ੀਅਲ ਇੰਸਟੀਚਿਊਸ਼ਨ ਹੈਗਾ। ਓਕੇ। ਉਹਨੇ ਤਾਂ ਸਿਰਫ ਕੀਤਾ ਸੀਗਾ ਕਿ ਜਿਹੜੇ ਰਿਪੀਟ ਬਾਏਰਸ ਹੈਗੇ ਆ ਜਿਹੜੇ ਸੈਕੰਡ ਟਾਈਮ ਬਾਏਰ ਹੈਗੇ ਆ। ਹੂੰ। ਉਹਨਾਂ ਵਾਸਤੇ। ਪਰ ਡਿਪਟੀ ਪ੍ਰਾਈਮ ਮਿਨਿਸਟਰ ਤੇ ਫਾਈਨੈਂਸ ਮਿਨਿਸਟਰ ਉਨੇ ਐਨਾਉਂਸਮੈਂਟ ਕਰ ਦਿੱਤੀ ਹੈ ਕਿ ਇਹ ਓਵਰਆਲ ਸਾਰਿਆਂ ਤੇ ਅਪਲਾਈ ਕਰੇਗਾ ਟੂ ਮੇਕ ਇਟ ਯੂਨੀਫਾਰਮ ਸੋ ਦੇ ਆਰ ਕ੍ਰੀਏਟਿੰਗ देयर ਓਨ ਸੈਟ ਆਫ ਗਾਈਡਲਾਈਨਸ ਟੈਕਨੀਕਲੀ ਇਹ ਹਰ ਇੱਕ ਨੂੰ ਅਫੈਕਟ ਕਰੇਗਾ ਫਸਟ ਟਾਈਮ ਬਾਏਰ ਨੂੰ ਵੀ ਕਰੇਗਾ ਰਿਪੀਟ ਬਾਏਰਸ ਨੂੰ ਵੀ ਕਰੇਗਾ ਇੱਕ ਕਿਸੇ ਕੋਲ ਸੈਕੰਡ ਪ੍ਰਾਪਰਟੀ ਆ ਉਹ ਸੈਕੰਡ ਪ੍ਰਾਪਰਟੀ ਜਾਂ ਫਿਰ ਥਰਡ ਪ੍ਰਾਪਰਟੀ ਲੈਂਦਾ ਤੇ ਜੇ ਉਹਦੀ ਪ੍ਰਾਈਸ ਵੱਧ ਗਈ ਹੈ ਲੈਟਸ ਸੇ ਉਹਨੇ ਦਸੰਬਰ ਦੇ ਵਿੱਚ ਇੱਕ ਪ੍ਰਾਪਰਟੀ ਲਈ ਅੱਜ 2 ਲੱਖ ਵੱਧ ਦੀ ਵੇਚਦੀ ਉਹਨੂੰ ਫਿਰ ਕਿੰਨਾ ਟੈਕਸ ਪੇ ਕਰਨਾ ਪੈਂਦਾ ਟੈਕਸ ਦੀ ਆਪਾਂ ਕਿਹਦੀ ਗੱਲ ਕਰ ਰਹੇ ਆ ਪ੍ਰਾਪਰਟੇਕਸ ਦੀ ਗੱਲ ਕਰ ਰਹੇ ਆ ਲੈਂਡਰ ਗਵਰਨਮੈਂਟ ਨੂੰ ਜਿਹੜਾ ਜਿਹੜੀ ਜਿਹੜੀ ਇਨਕਮ ਵਧੀ ਆ ਦੱਸੇ ਲੈਟਸ ਸੇ ਲੈਟਸ ਸੇ ਇਨਕਮ ਟੈਕਸ ਦੀ ਗੱਲ ਕਰੀਏ ਹਾਂਜੀ ਹਾਂਜੀ ਇਨਕਮ ਟੈਕਸ ਸਰ ਇਹ ਇਨਕਮ ਟੈਕਸ ਤਾਂ ਤੁਸੀਂ ਮੈਨੂੰ ਪਿੱਛੇ ਰੱਖੋ ਇਨਕਮ ਟੈਕਸ ਤੋਂ ਠੀਕ ਹੈ ਪਰ ਅਸੀਂ ਸਾਂਝਾ ਪੰਜਾਬ ਦੇ ਵਿੱਚ ਗੱਲਬਾਤ ਕਰ ਆਇਆ ਹਾਂ ਪਾਲ ਚੀਮਾ ਉਹਨਾਂ ਦੇ ਨਾਲ ਜਿਹੜੀ ਕਿ ਤੁਹਾਨੂੰ ਪਤਾ ਕਿ ਪਹਿਲੀ ਜੋਨ ਨੂੰ ਜੋ ਨਵਾਂ ਸਿਸਟਮ ਮੋਰਗਰ ਚੇਂਜ ਹੋਣ ਜਾ ਰਿਹਾ ਪਰ ਉਸ ਦੇ ਨਾਲ ਨਾਲ ਇੱਕ ਹੋਰ ਹੁੰਦਾ ਬਹੁਤ ਸਾਰੇ ਲੋਕ ਕੰਨ ਲੈਂਦੇ ਠੀਕ ਹੈ ਉਹਨਾਂ ਨੇ ਪ੍ਰਾਪਰਟੀ ਆਪਣ ਏ ਬੈਂਕ ਨੇ ਕਹਿਆ ਤਾਂ ਕਿ ਤੁਹਾਡੀ ਮਾਰਗੇਜ ਅਪਰੂਵਲ ਕੰਡੀਸ਼ਨਾਂ ਸਾਰੀਆਂ ਮੁਕ ਕਰਤੀਆਂ ਜੀ ਕਲੋਜ਼ਿੰਗ ਤੋਂ ਇੱਕ ਦੋ ਦਿਨ ਪਹਿਲਾਂ ਬੈਂਕ ਕਹਿੰਦੀ ਕਿ ਤੁਹਾਡੀ ਮਾਰਗੇਜ ਅਪਰੂਵਲ ਨਹੀਂ ਹੈ ਜੀ ਇਹਦਾ ਕੀ ਕਾਰਨ ਹੋ ਸਰ ਬੈਂਕ ਨਹੀਂ ਸਰ ਕਹਿੰਦੀ ਕਈ ਵਾਰੀ ਕਈ ਸਾਡੇ ਅਨਫੋਰਚਨਟਲੀ ਹਰ ਇੱਕ ਪ੍ਰੋਫੈਸ਼ਨ ਦੇ ਵਿੱਚ ਹਰ ਤਰ੍ਹਾਂ ਦਾ ਇਨਸਾਨ ਕੰਮ ਕਰਦਾ ਜੀ ਹਮ ਉਸ ਚੀਜ਼ ਨੂੰ ਆਪਾਂ ਕੱਢ ਵੀ ਨਹੀਂ ਸਕਦੇ ਉਹ 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 ਹਾਲਾਤ ਰਹ ਨਹੀਂ ਰਹਨੇ ਆ ਹਮੇਸ਼ਾ ਜੀ ਆਪਾਂ ਮੇਰੇ ਖਿਆਲ 3-4 ਸੈਸ਼ਨ ਪਹਿਲਾਂ ਵੀ ਸੇਮ ਗੱਲ ਕੀਤੀ ਸੀ ਕਿ ਬਾਅਰ ਬਿਵੇਰ ਵਾਲੀ ਸਿਚੁਏਸ਼ਨ ਹਮੇਸ਼ਾ ਇੰਪੋਰਟੈਂਟ ਹੋਣੀ ਚਾਹੀਦੀ ਹੈ ਦੈਟਸ ਰਾਈਟ ਹੁਣ ਜੇ ਤੁਸੀਂ ਮੇਰੇ ਕੋਲੋਂ ਮਾਰਗੇਜ ਲੈ ਰਹੇ ਹੋ ਤੁਸੀਂ ਆਫਰ ਪਾਇਆ ਕਿਸੇ ਪ੍ਰਾਪਰਟੀ ਤੇ ਤੇ ਮੈਂ ਤੁਹਾਨੂੰ ਕਹਿੰਦੇ ਕਹਿ ਦਿੱਤਾ ਦੂਸਾਨ ਸਾਹਿਬ ਫਿਕਰ ਨਾ ਕਰੋ ਚੱਕ ਦਿਓ ਫਟੇ ਰਿਮੂਵ ਕਰ ਦਿਓ ਕੰਡੀਸ਼ਨ ਐਪਰੂਵਲ ਆ ਗਿਆ ਹੁਣ ਤੁਸੀਂ ਇੱਕ ਮੇਰੀ ਜ਼ੁਬਾਨ ਦੇ ਉੱਤੇ ਬੇਸ ਕਰਕੇ ਤੁਸੀਂ ਅੱਗੇ ਐਕਸ਼ਨ ਲੈ ਲਿਆ ਰਿਮੂਵ ਕਰ ਦਿੱਤਾ ਪਰ ਤੁਹਾਨੂੰ ক্লোজিং ਦੇ ਇੱਕ ਦਿਨ ਪਹਿਲਾਂ ਮੈਂ ਦੱਸਿਆ ਕਿ ਯਾਰ ਆ ਬੈਂਕ ਨੇ ਨਾ ਵਿਡਰਾ ਕਰ ਲਈ ਮਾਰਗੇਜ ਹਮਮਮ ਪਹਿਲੀ ਸਿਚੁਏਸ਼ਨ ਇਹ ਹੈ ਕਿ ਬੈਂਕ ਨੇ ਐਕਚੁਅਲੀ ਮਾਰਗੇਜ ਕੀਤੀ ਵੀ ਸੀ ਕਿ ਨਹੀਂ ਕੀਤੀ ਸੀ ਜੀ ਹਮਮਮ ਕੱਲ ਹੀ ਇਦਾਂ ਦੀ ਗੱਲ ਹੋਈ ਹੈ ਪਰਸੋਂ ਦੀ ਗੱਲ ਹੈ ਮੇਰੇ ਨਾਲ ਇੱਕ ਬੰਦਾ ਕੰਟੈਕਟ 'ਚ ਆਇਆ ਉਹਦੇ ਅੱਜ ক্লোজিং ਹੋਣੀ ਸੀਗੀ ਓਕੇ ਤੇ ਹੁਣੇ ਥੋੜੀ ਦੇਰ ਪਹਿਲਾਂ ਉਹਦਾ ਮੈਸੇਜ ਆਇਆ ਕਿ ਉਹਨਾਂ ਨੇ ਡੀਲ ਡਰਾਪ ਕਰ ਦਿੱਤੀ ਹਾਂ ਕਿਉਂਕਿ ਪਹਿਲਾਂ ਉਹਨੂੰ ਮਾਰਗੇਜ ਬ੍ਰੋਕਰ ਨੇ ਕਿਹਾ ਕਿ ਜੀ ਹੋ ਗਈ ਹਮਮਮ ਤੇ ਦੋ ਦਿਨ ਪਹਿਲਾਂ ਕਹਿੰਦਾ ਕਿ ਨਹੀਂ ਹੋਈ ਉਹਨੂੰ ਹਾਈ ਰੇਂਜ ਰੇਸ਼ੋ ਰੇਟ ਦੋ ਤੇ ਮੋਰਗੇਜ ਦਵਾਤੇ ওকে ਵਿਚ ਹੀ ਡੋਨਟ ਵਾਂਟ ਟੂ ਟੇਕ ਤੇ ਮੈਨੂੰ ਕਿਹਾ ਵੀ ਤੇਰੇ ਕੋਲ ਕੋਈ ਕਮਿਊਨੀਕੇਸ਼ਨ ਹੈਗਾ ਕਿ ਤੈਨੂੰ ਬ੍ਰੋਕਰ ਨੇ ਚਿੱਠੀ ਈਮੇਲ ਕੀਤੀ ਜਾਂ ਮੈਸੇਜ ਪਾਇਆ ਥੈਟ ਯੂ ਕੈਨ ਫਾਲ ਬੈਕ ਓਨ ਥੈਟ ਮੈਸੇਜ ਕਿਉਂਕਿ ਜਦੋਂ ਤੁਸੀਂ ਡੀਲ ਚੋਂ ਬਾਹਰ ਨਿਕਲਦੇ ਹੋ ਹਮਮ ਸਿਰਫ ਇਹ ਨਹੀਂ ਕਿ ਤੁਸੀਂ ਡਿਪੋਜ਼ਿਟ ਲੂਜ਼ ਕਰਨਾ ਜੇ ਉਹ ਪ੍ਰੋਪਰਟੀ ਸੈਲਰ ਲੈਸ ਪ੍ਰਾਈਸ ਤੇ ਵੇਚਦਾ ਉਹ ਜਿਹੜਾ ਸ਼ਾਰਟ ਫਾਲ ਆ ਉਹਨੂੰ ਹੋਇਆ ਉਹ ਵੀ ਤੁਹਾਡੇ ਤੱਕ ਕਲੇਮ ਕਰ ਸਕਦਾ ਓਕੇ ਓਕੇ ਹੁਣ ਜੇ ਤੁਹਾਡੇ ਕੋਲ ਕੋਈ ਪ੍ਰੂਫ ਹੀ ਨਹੀਂ ਗਈ ਤੁਹਾਨੂੰ ਕਿਸੇ ਨੇ ਕਿਹਾ ਸੀ ਜੀ ਮਾਰਗੇਜ ਹੋ ਗਈ ਹੈ ਐਂਡ ਯੂ ਰਿਲਾਈਡ ਓਨ दैट ਪ੍ਰੋਮਿਸ ਐਂਡ ਹੀ ਟੁਕ ਐਕਸ਼ਨ ਜਿਹਨੇ ਕਿ ਤੁਹਾਨੂੰ ਅੱਗੇ ਪ੍ਰੋਬਲਮ ਚ ਖੜਾ ਕਰ ਦਿੱਤਾ ਤੇ ਜੱਜ ਅੱਗੇ ਤੁਸੀਂ ਕੁਝ ਨਹੀਂ ਪ੍ਰੂਫ ਕਰ ਸਕਦੇ ਜੀ ਉਹ ਸਿਚੁਏਸ਼ਨ ਵੀ ਡੇਂਜਰਸ ਮੈਂ ਇਹ ਕਹਿਣਾ ਚਾਹੂੰਗਾ ਕਿ ਆਪਣੇ ਬ੍ਰੋਕਰ ਤੋਂ ਇੱਕ ਈਮੇਲ ਜ਼ਰੂਰ ਕਰਵਾ ਲਓ ਕਿ ਜੀ ਤੇਰੀ ਮਾਰਗੇਜ ਹੋ ਗਈ ਆ ਤੈਨੂੰ ਰੇਟ ਮਿਲੇ ਆ ਇੰਨੇ ਤਰੀਕ ਤੱਕ ਤੂੰ ਪਰਚੇਜ ਜਾਂ ਸੇਲ ਕਲੋਜ਼ ਕਰਨੀ ਹੈ ਤਾਂ ਕਿ ਤੁਹਾਡੇ ਕੋਲ ਇੱਕ ਲੀਗਲ ਪ੍ਰੂਫ ਹੋ ਜਾਵੇ ਕਿ ਦਿਸ ਇਜ਼ ਵਾਟ ਆਈ ਰਿਲਾਈਡ ਅਪ ਛੇ ਬਰਬਲੀ ਗੱਲ ਕਰਨ ਤੋਂ ਬਿਨਾ ਇੱਕ ਤੁਹਾਡੇ ਕੋਲੇ ਕੋਈ ਨਾ ਕੋ ਟੈਕਸ ਮੈਸੇਜ ਈਮੇਲ ਕੁਛ ਨਾ ਕੁਛ ਹੋਣਾ ਚਾਹੀਦਾ ਸਰ ਵਰਬਲ ਮੈਸੇਜ ਦਾ ਨਾ ਮੇਰੇ ਖਿਆਲ 15ਵੀਂ 16ਵੀਂ ਸਦੀ ਚ ਸ਼ਾਇਦ ਬੜਾ ਇੰਪੋਰਟੈਂਸ ਬੜੀ ਸਿਗਨੀਫਿਕੈਂਸ ਹੁੰਦੀ ਸੀਗੀ ਉਹ ਕਹਿੰਦਾ ਸੀ ਮੈਂ ਆਪਣੇ ਜੋ ਅੱਖਰ ਕਹਿਤ ਆ ਨਾ ਇੱਕ ਪੱਥਰ ਤੇ ਲਕੀਰਿਆ ਉਹ ਅੱਜ ਕੱਲ ਉਹ ਪੱਥਰ ਹੀ ਨਹੀਂ ਲੱਭਦਾ ਤੇ ਲਕੀਰ ਕਿੱਥੋਂ ਲੱਭਣੀ ਇਸ ਕਰਕੇ ਕਾਗਜ਼ ਤੇ ਲਿਖਾ ਕੇ ਰੱਖੋ ਹੂੰ ਸਾਹਮਣੇ ਪ੍ਰਿੰਟ ਕਰਕੇ ਰੱਖੋ ਪਤਾ ਨਹੀਂ ਤੁਹਾਡਾ ਕੰਪਿਊਟਰ ਕੱਲ ਕਰੈਸ਼ ਹੋਇਆ ইਮੇਲ ਤੁਸੀਂ ਐਕਸੀਡੈਂਟਲੀ ਡਿਲੀਟ ਕਰ ਦੋ ਹਰ ਇੱਕ ਕਮਿਊਨੀਕੇਸ਼ਨ ਨੂੰ ਪ੍ਰਿੰਟ ਕਰੋ ਫਾਈਲ ਚਲਾਓ ਮੇਨਟੇਨ ਕਰੋ ਤੇ ਅਗਲੇਗੇ ਪੇਸ਼ ਕਰ ਦਿਓ ਜੱਟ ਸਾਹਿਬ ਮੇਰਾ ਕਸੂਰ ਨਹੀਂਗਾ ਮੈਂ ਤਾਂ ਇਸ ਤੇ ਰਿਲਾਇਾਈ ਕੀਤਾ ਤਾਂ ਕਿ ਜੋ ਜਜ ਦੀ ਜਜਮੈਂਟ ਤੁਹਾਡੇ ਤੇ ਆਣੀ ਹੈ ਇਟ ਸ਼ੁਡ ਗੋ ਟੂ ਸਮਵਨ ਹੂ ਇਸ ਯੂਰ ਲਾਈਡ ਅਪਾਨ ওকে ਕੁਛ ਨਾ ਕੋਈ ਕੋਲ ਹੋਣਾ ਚਾਹੀਦਾ 100% ਹੋਣਾ ਚਾਹੀਦਾ ਜ਼ੁਬਾਨੀ ਸਾਡਾ ਬਿਜ਼ਨਸ ਅਰ ਜ਼ੁਬਾਨੀ ਰਿਆ ਨਹੀਂਗਾ ਮੈਂ 2009 ਦੇ ਵਿੱਚ ਮੈਂ ਪਹਿਲੀ ਵਾਰੀ ਕਿਸੇ ਸੇਲ ਕੀਤੀ ਮੋਰਗੇਜ ਏਜੰਟ ਸਾਡੇ ਕਿਸੇ ਟੀਚਰ ਦਾ ਬੇਟਾ ਸੀਗਾ ਇੰਡੀਆ ਤੋਂ ਮੈਂ ਉਹਨੂੰ ਫਾਈਲ ਦਿੱਤੀ 5 ਦਿਨ ਬਾਅਦ ਪੁੱਛਿਆ ਉਹ ਮੈਨੂੰ ਕਹਿੰਦਾ ਜੀ ਹੋ ਗਈ ਅਪਰੂਵਲ ਕਰਦੇ ਮੈਂ ਕਿਹਾ I need to see the document ওকে okay. ਹਾਰ ਕੇ ਮੈਂ ਪੰਜਵੇਂ ਦਿਨ ਦਫਤਰ ਗਿਆ ਹਮਮ ਯਕੀਨ ਮੰਨਿਓ ਉਹਨੇ ਫਾਈਲ ਹੀ ਨਹੀਂ ਸੀ ਕੀਤੀ ਫਾਈਲ ਅੱਛਾ ਤੇ ਮੈਨੂੰ ਪੰਜ ਦਿਨ ਐਕਸਟੈਂਸ਼ਨ ਲੈਣੀ ਪਈ ਸੈਲਰ ਕੋਲੋਂ ਹੱਥ ਮਿੰਨ ਤਾਂ ਜੋੜ ਕੇ ਕਿਦਰ ਹੋਰ ਜਾ ਕੇ ਉਹਨਾਂ ਦੀ ਅਪਰੂਵਲ ਲੈਂਦੀ ਮੈਂ ਉਹਨੂੰ ਕਿਹਾ ਆਈ ਨੀਡ ਟੂ ਸੀ ਦ ਡਾਕੂਮੈਂਟ ਆਈ ਨੀਡ ਟੂ ਹੈਵ ਸਮ ਪ੍ਰੂਫ ਕਿ ਤੂੰ ਅਪਰੂਵਲ ਕੀਤੀ ਆਦਰਵਾਇਜ਼ ਇਹ ਕੰਡੀਸ਼ਨ ਰਿਮੂਵ ਨਹੀਂ ਕਰ ਸਕਦੇ ਹਮਮ ਉਹ ਬੰਦੇ ਬਚ ਗਏ ਜ ਨਹੀਂ ਤਾਂ ਨੁਕਸਾਨ ਹੋ ਜਾਣਾ ਸੀ ਜੇ ਆ ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਜੋ ਨਵਾਂ ਕਾਨੂੰਨ ਬਣਨ ਜਾ ਰਿਹਾ ਮਾਰਗੇਜ ਬਾਰੇ ਜੂਨ ਪਹਿਲੀ ਤੋਂ ਉਸ ਬਾਰੇ ਕੋਈ ਵੀ ਜਾਣਕਾਰੀ ਲੈਣੀ ਤਾਂ ਪਾਲਸੀ ਵਿਭਾਗ ਹੁਣ ਤਾਂ ਨੰਬਰ ਹੈ 64733322736473332273 ਜੀ ਮਸਬ ਹੁਣ ਥੋੜੀ ਜੀ ਗੱਲਬਾਤ ਕਰੀਏ ਕਿ ਜਿਹੜਾ ਇੱਕ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਬੱਚਿਆਂ ਵਾਸਤੇ ਅਸੀਂ ਹਰ ਵੇਲੇ ਇਹੀ ਗੱਲ ਕਰਦੇ ਹਾਂ ਘਰ ਦੇ ਵਿੱਚ ਵੀ ਕੰਮਕਾਰ ਵੀ ਕਰਦੇ ਹਾਂ ਇੱਕੋ ਹੀ ਗੱਲ ਹੁੰਦੀ ਆ ਅਸੀਂ ਤਾਂ ਬੱਚਿਆਂ ਨੇ ਕਰਦੇ ਆ ਬਿਲਕੁਲ ਬੱਚਿਆਂ ਨੇ ਕਰਦੇ ਕੀ ਆ ਉਹਦੇ ਬਾਰੇ ਨੇ ਕਿਸੇ ਨੂੰ ਪਤਾ ਅਸੀਂ ਕਿੰਨਾ ਕਰਦੇ ਆ ਕਿੰਨਾ ਬੱਚਿਆਂ ਨੂੰ ਟਾਈਮ ਦਿੰਦੇ ਆ ਜੀ ਤੇ ਹੁਣ ਜਿਹੜਾ ਤੁਸੀਂ ਬੱਚਿਆਂ ਵਾਸਤੇ ਜੂਥ ਲੀਡਰਸ਼ਿਪ ਦਾ ਜਿਹੜਾ ਇਹ ਕਰ ਰਹੇ ਹੋ ਸੈਮੀਨਾਰ ਵਗੈਰਾ ਇਸ ਬਾਰੇ ਥੋੜੀ ਜਾਣਕਾਰੀ ਦਿਓ ਉਸ ਤੋਂ ਬਾਅਦ ਫਿਰ ਅਸੀਂ ਇੱਕ ਵੀਡੀਓ ਜੂ ਦਿਖਾਵਾਂਗੇ ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਟੋਸਟਮਾਸਟਰ ਇੰਟਰਨੈਸ਼ਨਲ ਇੱਕ ਬੜਾ ਵੱਡਾ ਅਦਾਰਾ ਹੈ ਜੀ ਇਹਦੇ ਪੂਰੇ ਸੰਸਾਰ 'ਚ ਸ਼ਾਇਦ 365 ਤੋਂ ਵੀ ਜ਼ਿਆਦਾ ਕਲੱਬ ਹੈ ਓਕੇ ਇਹਨਾਂ ਦੇ ਤਿੰਨ ਡਿਫਰੈਂਟ ਪੱਧਰ ਆ ਜਿਹੜਾ ਪਹਿਲਾ ਪੱਧਰ ਆ ਉਹ ਹੈਗਾ ਯੂਥ ਲੀਡਰਸ਼ਿਪ ਪ੍ਰੋਗਰਾਮ ਜੀ ਉਹਦੇ ਚ ਬੱਚਿਆਂ ਨੂੰ ਸਿਰਫ ਇੱਕ ਟੈਸਟ ਕਰਾਇਆ ਜਾਂਦਾ ਹੈ ਕਿ ਪਬਲਿਕ ਸਪੀਕਿੰਗ ਲਿਸਨਿੰਗ ਤੇ ਲੀਡਰਸ਼ਿਪ ਕਿਦਾਂ ਡਿਵੈਲਪ ਹੋ ਸਕਦੀ ਹੈ ਓਕੇ ਉਹਦੇ ਚ ਬੱਚਿਆਂ ਨੂੰ ਸੀ ਚੇਅਰਮੈਨਸ਼ਿਪ ਦਾ ਰੋਲ ਸਮਝਾਣੇ ਆ ਮੀਟਿੰਗਸ ਆਫੀਸ਼ੀਅਲ ਕਿਦਾਂ ਕੰਡਕਟ ਕਰਨੀਆਂ ਉਸ ਕੰਨੇ ਆ ਓਕੇ ਪੂਰਾ ਉਹਨਾਂ ਨੂੰ ਅਜੈਂਡਾ ਕ੍ਰੀਏਟ ਕਰਨਾ ਤੇ ਮੋਸ਼ਨ ਪਾਸ ਕਰਨਾ ਮੋਸ਼ਨ ਅਮੈਂਡ ਕਰਨਾ ਮੇਰੇ ਖਾਲ ਜਿਹੜਾ ਸ਼ਾਇਦ ਕਈ ਪਾਰਲੀਮੈਂਟਰੀਅਨ ਨੂੰ ਨਾ ਪਤਾ ਹੋਵੇ ਉਹ ਸਾਡੇ ਬੱਚਿਆਂ ਨੂੰ ਪਤਾ ਹੁੰਦਾ ਵੀ ਟੈਲ देम ਦਾ ਹੋਲ ਪਾਰਲੀਮੈਂਟਰੀ ਪ੍ਰੋਸੀਜਰ ਹੂੰ ਹੂੰ ਤੇ ਉਹਦੇ ਲਈ ਉਹ ਟੋਟਲੀ ਫ੍ਰੀ ਹੈ 8 ਵੀਕ ਦਾ ਪ੍ਰੋਗਰਾਮ ਹੈ ਸਦਨ ਸਾਹਿਬ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਤੁਸੀਂ ਇੱਕ ਵਾਹਦ ਇਨਸਾਨ ਹੋ ਜੀਨੇ ਅੰਦਰ ਸਕੀਨ ਟੀਵੀ ਨਹੀਂ ਲਾਇਆ ਮੇਰੀ ਈਮੇਲ ਆਉਣ ਤੋਂ ਬਾਅਦ ਤੇ ਛਾ ਦੇ ਨੇ ਸਪਾਂਸਰਸ਼ਿਪ ਕਰ ਦਿੱਤੀ ਕੋਈ ਗੱਲ ਨਹੀਂ ਬੱਚਾ ਸਾਡਾ ਜੀ ਸਾਡਾ ਨੈਕਸਟ ਪ੍ਰੋਗਰਾਮ ਟੈਂਟੇਟਿਵਲੀ 4 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਜਿਹੜਾ ਕਿ ਬਾਬੂ ਦਸਾਂ ਸਾਹਿਬ ਜਿਨੇ ਸਪான்ਸਰ ਕੀਤਾ ਆਪਣੇ ਸਾਂਝਾ ਪੰਜਾਬ ਟੀਵੀ ਸ਼ੋਅ ਦੇ ਰਾਹੀਂ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਅਦਾ ਕਿਉਂਕਿ ਇਹ ਵੀ ਚਾਹਦੇ ਨੇ ਕਿ ਕਮਿਊਨਿਟੀ ਦਾ ਜਿੰਨਾ ਫਾਇਦਾ ਹੋ ਸਕੇ ਹੋਣਾ ਚਾਹੀਦਾ ਮੈਂ ਕਹੂੰਗਾ ਸਰ ਤੁਸੀਂ ਸਾਡੇ ਲੀਡਰਸ਼ਿਪ ਚ ਗਵਰਨਮੈਂਟ ਜ਼ਰੂਰ ਹੋਣੀ ਚਾਹੀਦੀ ਹੋਂ ਤਾਂ ਕਿ ਸਾਨੂੰ ਤੁਹਾਡੇ ਵਰਗੇ ਬੰਦੇ ਉੱਥੇ ਚਾਹੀਦੇ ਆ ਜਦੋਂ ਬੱਚਾ ਲਈ ਬੱਚਿਆਂ ਲਈ ਕੁਝ ਵੀ ਆਪਾਂ ਕਰਦੇ ਆ ਨਾ ਕਿਉਂਕਿ ਉਹਨਾਂ ਨੂੰ ਹੌਸਲਾ ਮਿਲਦਾ ਫੇਰ ਜੀ ਠੀਕਰੀ ਕਰਾਂ ਉਥੋਂ ਬੇਸ ਬਣਦਾ ਜੜੋ ਤੇ ਜੀ ਜੜੋ ਤੇ ਜੀ ਜਦੋਂ ਬੇਸ ਬਣ ਗਿਆ ਵਧੀਆ ਉਥੋਂ ਲੀਡਰ ਨਿਕਲਣੇ ਨੇ ਜੀ ਜੇ ਉਹ ਬਹੁਤ سارے ਬੱਚੇ ਤੁਸੀਂ ਦੇਖਿਆ ਨਹੀਂ ਉਹ ਚੁੱਪ ਕਰਕੇ ਬੈਠੇ ਰਹਿੰਦੇ ਜੀ ਉਹਨਾਂ ਨੂੰ ਬੁਲਾਉਣ ਵਾਲਾ ਕੋਈ ਨਹੀਂ ਜੀ ਉਹਨਾਂ ਦੇ ਵਿੱਚ ਕਲਾ ਐਨੀ ਹੁੰਦੀ ਹੈ ਕਿ ਜਦੋਂ ਤੁਸੀਂ ਉਹਨਾਂ ਨੂੰ ਬੁਲਾਓਗੇ ਉਹਨਾਂ ਨਾਲ ਗੱਲਬਾਤ ਕਰੋਗੇ ਤਾਂ ਉਹਨਾਂ ਕੋਲੇ ਐਨਾ ਕੁਝ ਹੈ ਜੀ ਤੇ ਅਸੀਂ ਜਿੱਨਾ ਚ ਸ਼ੁਰੂਆਤ ਨਹੀਂ ਕਰਦੇ ਤੁਹਾਡਾ ਬਹੁਤ ਚੰਗਾ ਕਾਰਜ ਹੈ ਅਸੀਂ ਹੋਰ ਵੀ ਆਪਣੇ ਸਾਂਝਾ ਪੰਜਾਬ ਦੇ ਉੱਤੇ ਦਰਸ਼ਕਾਂ ਨੂੰ ਵੀ ਆਉਣ ਲਈ ਬੇਨਤੀ ਕਰਾਂਗੇ ਮੀਸ਼ਲ ਟੀਵੀ ਤੇ ਜੋ ਸ਼ੋਅ ਆਉਂਦਾ ਉੱਥੇ ਵੀ ਆਪਾਂ ਬੇਨਤੀ ਕਰਾਂਗੇ ਜੀ ਪਲੀਜ਼ ਕਿ ਜੇ ਕਿਸੇ ਨੇ ਵੀ ਇਸ ਵਿੱਚ ਕੋਈ ਹਿੱਸਾ ਪਾਉਣਾ ਤਾਂ ਉਹ ਸਪான்ਸਰ ਕਰ ਸਕਦੇ ਨੇ ਜਿੰਨੇ ਵੱਧ ਤੋਂ ਵੱਧ ਬੱਚੇ ਆਉਣਗੇ ਉਹਦੇ ਨਾਲ ਕੀ ਹੈ ਕਿ ਬੱਚਿਆਂ ਨੂੰ ਹੌਸਲਾ ਮਿਲੇਗਾ ਕਈ ਵਾਰੀ ਕੀ ਹੁੰਦਾ ਹੁਣ ਅਸੀਂ ਵੀ ਮੈਂ ਰੇਡੀਓ ਸੁਣਦਾ ਹੁੰਦਾ ਸੀ ਮੈਂ ਕਿਹਾ ਯਾਰ ਆ ਬੰਦਾ ਰੇਡੀਓ ਕਰਦਾ ਜੀ ਆਈ ਕੈਨ ਡੂ ਬੈਟਰ ਦਨ ਥਿਸ ਬੱਸ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਹਣਾ ਤੇ ਉੱਥੋਂ ਸ਼ੁਰੂਆਤ ਹੋਈ ਜੀ ਜਦੋਂ ਮੈਂ ਵੀਡੀਓ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕੀਤਾ 92 ਦੇ ਵਿੱਚ ਜੀ ਜਦੋਂ ਵੈਡਿੰਗ ਵੀਡੀਓ ਦੇਖੀ ਕਿਸੇ ਦੀ ਮੈਂ ਕਿਹਾ ਇਸ ਤੋਂ ਵਧੀਆ ਵੀਡੀਓ ਤਾਂ ਮੈਂ ਬਣਾ ਸਕਦਾ ਜੀ ਅੱਛਾ ਤੁਹਾਨੂੰ ਆਪਣੇ ਬਾਰੇ ਪਤਾ ਹਾਂ ਦੈਨ I ਸਟਾਰਟ ਮਾਈ ਆਪਣਾ ਹਨਾ ਇਦਾਂ ਹੀ ਹੁੰਦਾ ਕਿ ਜਦੋਂ ਕੋਈ ਬੱਚੇ ਹੁਣ ਆਪ ਅੱਗੇ ਜਾ ਕੇ ਵੀਡੀਓ ਸ਼ੇਅਰ ਕਰਾਂਗੇ ਤਾਂ ਜਦੋਂ ਬੱਚੇ ਦੇਖਣਗੇ ਉਹ ਕਹਿਣਗੇ ਇਹ ਬੋਲ ਸਕਦਾ ਨਾ ਤਾਂ ਮੈਂ ਵੀ ਮੈਨੂ ਇਹਦੇ ਬਾਰੇ ਪਤਾ ਹੈ ਜੀ ਮੈਂ ਬੋਲ ਸਕਦਾ ਬਿਲਕੁਲ ਨੈਕਸਟ ਟਾਈਮ ਵਧੀਆ ਬੋਲੋਗੇ ਹੋਰ ਵਧੀਆ ਬੋਲੋਗੇ ਪਹਿਲਾਂ ਆਪਾਂ ਰਿਕਾਰਡਡ ਸ਼ੋਅ ਪੇਸ਼ ਕਰਦੇ ਸੀ ਹੁਣ ਸ਼ੋਅ ਆਪਣਾ ਲਾਈਵ ਚੱਲਦਾ ਹੈ ਨਾ ਤੇ ਇਹ ਇੰਨੇ ਫਰਕ ਪੈਂਦਾ ਮੈਂ ਤਾਂ ਕਹਿੰਦਾ ਬੱਚਿਆਂ ਨੂੰ ਤੁਸੀਂ ਇੱਥੇ ਵੀ ਲੈ ਕੇ ਆ ਕਰੋ ਸਮਾਂ ਜੇ ਵਨ ਟਾਕ ਸਮਥਿੰਗ ਵਾਟ ਦੇ ਹੈਵ ਜੀ ਕਿਸੇ ਵਿਸ਼ੇ ਦੇ ਹੁੰਦੇ ਆਪਾਂ ਇਹ ਨਹੀਂ ਕਹਿੰਦੇ ਕਿ ਅਸੀਂ ਜੋ ਕਹਿੰਦੇ ਆ ਜੀ ਕਈ ਕਈ ਵਾਰੀ ਕਿ ਹੁੰਦਾ ਕਿ ਘਰ ਦੇ ਵਿੱਚ ਚਿਮਾ ਸਾਹਿਬ ਤੁਹਾਡੇ ਤਿੰਨ ਚਾਰ ਬੱਚੇ ਹੁੰਦੇ ਆ ਹਰ ਇੱਕ ਬੱਚੇ ਨੇ ਵੱਖਰਾ ਵੱਖਰਾ ਕੰਮ ਉਹਨਾਂ ਦੇ ਮਾਈਂਡ ਦੇ ਵਿੱਚ ਆਇਆ ਹੋ ਜੀ ਅਸੀਂ ਕਹਿੰਦੇ ਨਹੀਂ ਨਹੀਂ ਤੂੰ ਵਕੀਲ ਨਹੀਂ ਬਣ ਜੀ ਤੂੰ ਆ ਹੀ ਕਰਨਾ ਤੂੰ ਆ ਹੀ ਕਰਨਾ ਫਿਰ ਬੱਚਾ ਕਹਿੰਦਾ ਮੈਂ ਕੰਮ ਹੋਰ ਕਰਨਾ ਚਾਹੁੰਦਾ ਠੀਕ ਹੈ ਨਾ ਹੁਣ ਮੇਰੇ ਇੱਕ ਦੋਸਤ ਨੇ ਉਹਨਾਂ ਦਾ ਅਕਾਊਂਟੈਂਟ ਦੀ ਫਰਮ ਹੈ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਮੁੰਡੇ ਨੂੰ ਆਪਣੇ ਆਫਿਸ ਦੇ ਵਿੱਚ ਅਕਾਊਂਟੈਂਟ ਹੀ ਬਣਾਉਣਾ ਉਹਨੇ ਬੜਾ ਜੋਰ ਲਾਇਆ ਜੀ ਉਹਨੂੰ ਨਾਲ ਵੀ ਲੈ ਆਉਣਾ ਭਈ ਤੂੰ ਅਕਾਊਂਟੈਂਟ ਹੀ ਬਣਨਾ ਉਹ ਕਾਰਮਕੈਨਿਕ ਬਣਿਆ ਉਹ ਕਹਿੰਦਾ ਮੈਂ ਕੀ ਕਰਾਂ ਹੁਣ ਕਹਿੰਦਾ ਇਹ ਕਹਿੰਦਾ ਅਸੀਂ ਮੈਂ ਮੈਨੂੰ ਕਾਰਾਂ ਦਾ ਸ਼ੌਂਕ ਹੈ ਤੇ ਮੈਂ ਕਹਿੰਦਾ ਕਾਰਮਕੈਨਿਕ ਬਣਨਾ ਸੋ ਬੱਚਾ ਜੋ ਕਰਨਾ ਚਾਹੁੰਦਾ ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਜੋ ਕਰਨਾ ਚਾਹੁੰਦੇ ਉਹਨਾਂ ਨੂੰ ਪੁੱਛਦਾ ਮੈਂ ਬੈਠ ਕੇ ਆਪਣੇ ਬੱਚੇ ਨੂੰ ਪੁੱਛਦਾ ਮੈਂ what do you want to do absolutely ਠੀਕ ਹੈ ਨਾ ਅਸੀਂ ਉਹਨਾਂ ਨੂੰ ਸਮਾਂ ਹਲਾਛਰੀ ਦੇਈਏ ਓਕੇ ਮੈਂ ਤੇਰੇ ਬੈਕ ਤੇ ਆ ਯੂ ਡੂ ਥਿਸ ਐਂਡ ਨੈਵਰ ਗਿਵ ਅਪ ਤਾਂ ਬੱਚਾ ਆਪੇ ਕੰਮ ਕਰੇਗਾ ਆ ਜਿਹੜੀ ਅਸੀਂ ਗੱਲ ਕੀਤੀ ਨਾ ਅਸੀਂ ਸਿਰਫ ਸਪੋਰਟ ਹੀ ਕਰ ਸਕਦੇ ਹਾਂ ਬੱਚਿਆਂ 'ਚ ਇੱਕ ਇੰਟਰਨਲ ਉਹਨਾਂ ਦੇ ਅੰਦਰ ਪ੍ਰਤਿਭਾ ਹੈਗੀ ਆ ਉਹ ਪ੍ਰਤਿਭਾ ਉਹਨੂੰ ਕਿੱਥੇ ਲੈ ਕੇ ਜਾਂਦੀ ਹੈ ਉਹੀ ਜਾਣਦੇ ਆ ਉਹਨਾਂ ਨੂੰ ਦਿਖਦਾ ਆਪਣਾ ਫਿਊਚਰ ਜਿਵੇਂ ਤਾਂ ਉਹਨੂੰ ਦਿਖਦਾ ਜੀ ਨਾ ਕਿ ਤੁਸੀਂ ਵਧੀਆ ਫੋਟੋਗ੍ਰਾਫੀ ਕਰ ਸਕਦੇ ਹੋ ਵਧੀਆ ਪ੍ਰੋਡਕਸ਼ਨ ਕਰ ਸਕਦੇ ਹੋ ਵਧੀਆ ਟੀਵੀ ਸ਼ੋਅ ਕਰ ਸਕਦੇ ਹੋ ਇਦਾਂ ਬੱਚੇ ਨੂੰ ਪਤਾ ਕਿ ਮੈਂ ਆਹ ਚੀਜ਼ ਵਧੀਆ ਕਰ ਸਕਦਾ ਹਾਂ ਯਾ ਯਾ ਇੱਕ ਇੱਕ ਫੀਅਰ ਹੈ ਪਬਲਿਕ ਸਪੀਕਿੰਗ ਦਾ ਇਹ ਲੋਕਾਂ ਦੇ ਮਾਈਂਡ ਦੇ ਤੇ ਇੰਨਾ ਹਾਵੀ ਹੋ ਗਿਆ ਕਿ ਉਹਨਾਂ ਨੂੰ ਲੱਗਦਾ ਕਿ ਉਹ ਸਟੇਜ ਤੇ ਖੜਾ ਕਰੋ ਫ੍ਰੀਜ਼ ਹੋ ਜਾਂਦੇ ਆ ਕਿ ਸਾਡਾ ਬ੍ਰੇਨ ਇਦਾਂ ਵਾਇਲਡ ਆ ਬ੍ਰੇਨ ਦੇਖਦਾ ਕਿ ਬੋਡੀ ਇਨ ਰਿਸਕ ਆ ਇਹਦਾ ਪਹਿਲਾ ਕੰਮ ਕੀ ਆ ਬੋਡੀ ਨੂੰ ਸ਼ਟਡਾਊਨ ਕਰਨਾ ਰਾਮਪਾਲ ਹੋਣਾ ਦਾ ਬੇਟਾ ਮੇਰੇ ਕੋਲ ਬਿਠਾਕਦਾ ਜੀ ਅਸੀਂ ਗੱਲਾਂ ਬਾਤਾਂ ਕਰੀਏ ਰਾਮਪਾਲ ਜੀ ਕਹਿੰਦੇ ਮੈਨੂੰ ਆ ਬਣਾਉਣਾ ਬਣਾਉਣਾ ਮੈਂ ਕਹਿੰਦਾ ਇਹਨੂੰ ਖੁੱਲਾ ਛੱਡ ਦੇ ਹਾਂ ਜੀ ਲੈਟ ਹਿਮ ਡੂ ਵਾਟ ਹੀ ਵਾਂਟ ਜੀ ਠੀਕ ਆ ਨਾ ਕਿਉਂਕਿ ਜਦੋਂ 20 ਸਾਲ ਦਾ ਬੱਚਾ ਹੁੰਦਾ ਉਹਨੂੰ ਪਤਾ ਮੈਂ ਕੀ ਕਰਨਾ ਜੀ ਉਹਨਾਂ ਦਾ ਦਿਮਾਗ ਦੇਖੋ ਉਹਨਾਂ ਦੇ ਹੱਥ ਚ ਕੰਪਿਊਟਰ ਆ ਅਸੀਂ ਬੜਾ ਖੂਬ ਸੋਚਦੇ ਆ ਕਿ ਅਸੀਂ ਆਫਰ ਜਾ ਕੇ ਈਮੇਲ ਕਰਾਂਗੇ ਆ ਕਰਾਂਗੇ ਆ ਕਰਾਂਗੇ ਉਹਨਾਂ ਦੇ ਹੱਥ ਵਿੱਚ ਕੰਪਿਊਟਰ ਹੈ ਬੜੀ ਕੁਝ ਵੀ ਫਾਸਟ एवरीथिंग ਬਹੁਤ ਫਾਸਟ ਹੈ ਜੀ ਉਹ ਜਦੋਂ ਤੱਕ ਇਹਨਾਂ ਨੂੰ ਖੁੱਲਾ ਛੱਡਿਆ ਨਾ ਉਹ ਕਹਿੰਦੇ ਹੁਣ ਮੇਰੇ ਤੋਂ ਪੂਰੇ ਲੰਘਣ ਨੂੰ ਪੈਦਾ ਰਾਮ ਕੁਮਾਰ ਤਾਂ ਖਰਾਬ ਹੀ ਬੜੇ ਹੈਗੇ ਤਿੱਕੇ ਦਿਮਾਗ ਵਾਲੇ ਜਿਹਨਾਂ ਦੇ ਬੱਚੇ ਦਾ ਦੁੱਗਨੇ ਤਿੱਕੇ ਦਿਮਾਗਾ ਲਗਾਉਣੇ ਕਿਉਂਕਿ ਜਿਹੜੀ ਅਗਲੀ ਜਨਰੇਸ਼ਨ ਹੁੰਦੀ ਹੈ ਹਮੇਸ਼ਾ ਪਹਿਲੀ ਜਨਰੇਸ਼ਨ ਤੋਂ ਤੇਜ਼ ਹੁੰਦੀ ਹੈ ਹਾਂ ਹਾਂ ਤੇ ਆਪਾਂ ਵਾਈ ਐਲ ਪੀ ਦੀ ਗੱਲ ਕਰਦੇ ਸੀਗੇ ਮੈਂ ਥੋੜਾ ਤੁਹਾਨੂੰ ਵਾਪਸ ਲੈ ਕੇ ਆਉਂਗਾ ਉਹ ਮੁੱਦੇ ਉੱਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਲੈਵਲ ਹੈਗਾ ਉਹ ਹੈਗਾ ਗੈਵਲ ਕਲੱਬ ਓਕੇ ਵਾਈ ਐਲ ਪੀ ਟੋਟਲੀ ਫ੍ਰੀ ਹੈ ਜਿਵੇਂ ਤੁਹਾਡੇ ਵਰਗੇ ਸੱਜਣਾਂ ਨੇ ਸਪான்ਸਰ ਕੀਤਾ ਅਸੀਂ ਬਾਕਸ ਵਗੈਰਾ ਫ੍ਰੀ ਸਪਲਾਈ ਕਰਦੇ ਹਾਂ ਜੀ ਗੈਵਲ ਕਲੱਬ ਦੇ ਉੱਤੇ ਬੱਚੇ 100 ਡਾਲਰ ਪੇ ਕਰਦੇ ਆ ਫਾਰ ਦਾ ਹੋਲ ਈਅਰ ਉਹ ਤੈਨੂੰ ਬੁੱਕ ਦਿੰਨੇ ਆ ਤੇ ਉਹ ਬੁੱਕ ਤੋਂ ਪ੍ਰੋਜੈਕਟਸ ਕਰਦੇ ਆ। ਓਕੇ। ਮੈਨੇਜ ਵੀ ਸਾਰਾ ਕੁਝ ਉਹੀ ਕਰਦਾ। ਇਸ ਦਾ ਕੁਝ ਨਹੀਂ ਕਰਦਾ। ਪਿੱਛੇ ਕੁਰਸੀ ਢਾ ਕੇ ਆਰਾਮ ਨਾਲ ਬਹਿ ਜਾਈਦਾ। ਹਮ ਮੀਟਿੰਗ ਔਨ ਕਰ ਦੇਦੀ ਆ। ਐਂਡ ਦੇ ਰਨ ਦਾ ਪ੍ਰੋਗਰਾਮ ਫਲੌਰਲੈਸਲੀ ਤੁਸੀਂ ਉਹ ਜਿਹੜੀ ਵੀਡੀਓ ਪਲੇ ਕਰੋਗੇ ਜੀ ਤੁਸੀਂ ਦੇਖੋਗੇ ਮੇਰੇ ਖਿਆਲ ਆਪਣੇ ਕੋਲ ਜੀ ਟਾਈਮ ਹੈਗਾ ਪਲੇ ਕਰ ਦੇਣਾ ਇਹ ਆਪਾਂ ਪੂਰੀ ਆਪਾਂ ਪ੍ਰੋਗਰਾਮ 2-4 ਮਿੰਟ ਗੱਲ ਕਰਕੇ ਆਪਾਂ ਪ੍ਰੋਗਰਾਮ ਨੂੰ ਸਮਾਪਤੀ ਕਰਕੇ ਬਾਅਦ ਦੇ ਵਿੱਚ ਉਹ ਵੀਡੀਓ ਜਿੰਨੀ ਵੀ ਹੈਗੀ ਪੂਰੀ ਪਲੇ ਕਰ ਦੇ ਜੀ ਹਾਂਜੀ ਮੈਂ ਤੁਹਾਡੇ ਲਈ ਥੋੜੀ ਸ਼ਾਰਟਕਟ ਬਣਾ ਕੇ ਲੈ ਕੇ ਆਇਆ ਸੀ ਤਾਂ ਕਿ ਜਿਆਦਾ ਲੋਡ ਨਾ ਪਾਇਆ ਜੇ ਤੁਹਾਡੇ ਸਰਵਰਾਂ ਉੱਤੇ ਕੋਈ ਲੋਡ ਟਾਈਟਲ ਲੂਜ਼ ਨਾ ਸਾਹਿਬ ਸਿਸਟਮ ਗਰਮ ਨਾ ਕਿਤੇ ਹੋ ਜਾਂ ਤੁਹਾਡੇ ਬੱਚੇ ਸਾਡੇ ਲੋਡ ਨਹੀਂ ਹੈ ਨਹੀਂ ਨਹੀਂ ਬੱਚੇ ਤੁਸੀਂ ਨਾਲ ਕਹਾਂ ਨੂੰ ਬੱਚਿਆਂ ਦੇ ਲੋਡ ਬਣ ਜਾਈ ਜੀ ਜੀ ਬਲਕਿ ਤੁਸੀਂ ਨਾ ਜਿੰਨੇ ਵੀ ਅਡਲਟਸ ਹੈਗੇ ਆ ਤੁਸੀਂ ਇਹਨਾਂ ਚ ਵੀ ਖਬਰ ਦੇ ਸਕਦੇ ਹੋ ਕਿ ਭਾਈ ਪਬਲਿਕ ਸਪੀਚਿੰਗ ਤੋਂ ਵੱਡਾ ਕੋਈ ਬੰਦੇ ਚ ਗੁਣ ਨਹੀਂਗਾ ਜਿਹੜਾ ਕਿ ਉਹਨੂੰ ਅੱਗੇ ਲੈ ਕੇ ਜਾਣ ਵਾਲਾ ਹੋਵੇ ਜੀ ਜੇ ਅਸੀਂ ਆਪਣੀ ਸੋਚ ਨੂੰ ਚੰਗੇ ਤਰੀਕੇ ਨਾਲ ਕਮਿਊਨੀਕੇਟ ਕਰ ਸਕਦੇ ਹਾਂ ਉਹੀ ਸਕਸੈਸ ਦਾ ਰਸਤਾ ਹੈਗਾ ਆਪਾਂ ਜਿਹੜਾ ਨਾ ਆਪਾਂ ਮੈਂ ਕਹਿੰਦਾ ਹੁੰਦਾ ਕਿ ਅਸੀਂ ਬੱਚਿਆਂ ਵਾਸਤੇ ਅਸੀਂ ਇੱਕ ਰੋਲ ਮਾਡਲ ਆ ਅਸੀਂ ਆਪਣੇ ਆਪ ਨੂੰ ਵਧੀਆ ਕੰਮ ਕਰਦੇ ਆ ਤਾਂ ਕਾਹਨੂੰ ਬੱਚਿਆਂ ਨੂੰ ਜਦੋਂ ਗਰੋ ਹੋਣਾ ਉਹਨਾਂ ਨੇ ਜਾ ਕੇ ਦੱਸਣਾ ਹੁੰਦਾ ਕਿ ਮੈਂ ਫੁਲਾਣੇ ਦਾ ਬੇਟਾ ਜੀ ਇਹ ਅਸੀਂ ਕਹਦੇ ਨਾ ਬੱਚਿਆਂ ਤੇ ਅਸਰ ਨਹੀਂ ਪੈਂਦਾ ਹੁਣ ਸਾਡੇ ਬਜ਼ੁਰਗਾਂ ਦੀ ਕੀਤੀ ਹੋਈ ਕਮਾਈ ਦਾ ਅਸੀਂ ਅੱਜ ਜਿਹੜਾ ਆਨੰਦ ਮਾਣਦੇ ਨਾ ਉਹਨਾਂ ਦੀ ਕੀਤੀ ਹੋਈ ਕਮਾਈ ਆ ਜੋ ਅੱਜ ਕੱਲ ਅਸੀਂ ਕਰ ਰਹੇ ਹਾਂ ਉਹਦਾ ਅਸਰ ਸਾਡੇ ਬੱਚਿਆਂ ਤੇ ਪੈਣਾ ਇਹ ਮੇਰੇ ਬੇਟੇ ਨੇ ਇੱਕ ਵਾਰ ਦੱਸਿਆ ਕਿ ਮੈਂ ਉੱਥੇ ਪ੍ਰੋਜੈਕਟ ਸੀਗਾ ਦੇਖਸ਼ੋਰ ਪਾਰਕ ਲਾਂ ਤੇ ਵਸਟ ਦੇਖਦਾ ਉੱਥੇ ਕਹਿੰਦੇ ਮੈਨੂੰ ਇੱਕ ਵਿਅਕਤੀ ਮਿਲਿਆ ਉਹ ਕਹਿੰਦੇ ਕਿ ਤੇਰਾ ਨਾਂ ਕੀ ਬੇਟਾ ਉਹ ਕਹਿੰਦੇ ਮੇਰਾ ਨਾਂ ਬਿਕਰਮਦ ਸਾਹ ਜੀ ਉਹ ਕਹਿੰਦਾ ਕਿ ਤੂੰ ਬੌਧ ਦਾ ਸਾਂ ਨੂੰ ਜਾਣਦਾ ਉਹ ਕਹਿੰਦਾ ਮੇਰਾ ਡੈਡੀ ਹੈ ਉਹ ਕਹਿੰਦਾ ਬਹੁਤ ਸਾਂ ਦਾ ਮੁੰਡਾ ਫੇਰ ਮੈਂ ਕੰਡੋ ਤੇਰੇ ਤੋਂ ਖਰੀਦਣੀ ਠੀਕ ਆ ਤੇ ਅੱਜ ਤੱਕ 10-12 ट्रांजੈਕਸ਼ਨ ਉਸ ਵਿਅਕਤੀ ਨੇ ਬਿਕਰਨ ਦਸਾਂ ਨੂੰ ਦਿੱਤੀਆਂ ਇਹ ਰਿਪਿਟੇਸ਼ਨ ਹੈ ਰਿਪਿਟੇਸ਼ਨ ਬਿਲਕੁਲ ਜਿੱਦਾਂ ਕਹਿੰਦੇ ਕਿ ਤੁਸੀਂ ਜੋ ਕਰਦੇ ਹੋ ਨਾ ਉਹਦਾ ਅਸਰ ਬੱਚਿਆਂ ਤੇ ਪੈਂਦਾ ਜੀ ਜੇ ਕੋਈ ਹੋਰ ਵਿਅਕਤੀ ਹੁੰਦਾ ਉਹਨਾਂ ਕਹਿੰਦਾ ਨਾ ਨਾ ਉਹ ਰਹਿਣ ਦੇ ਯਾਰ ਜਿੱਦਾਂ ਦਾ ਉਹ ਉਦਾਂ ਦਾ ਤੂੰ ਹੋਣਾ ਤੁਹਾਡੀ ਰੈਪਿਊਟੇਸ਼ਨ ਬਹੁਤ ਦੂਰ ਜਾਂਦੀ ਹੈ ਰੈਪਿਊਟੇਸ਼ਨ ਜਿਹੜੀ ਹੈ ਮਸਟ ਹੈ ਉਹਨਾਂ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਜੀ ਤੁਹਾਡੀ ਇਮੇਜ ਇੱਕ ਵਾਰੀ ਤੁਸੀਂ ਜੋ ਮਰਜ਼ੀ ਲੋਕ ਕਰੀ ਜਾਣ ਬਾਅਦ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਪਿੰਡਾਂ ਦੇ ਵਿੱਚ ਵੀ ਅੱਲਾ ਮੜੀਆਂ ਹੁੰਦੀਆਂ ਸੀ ਉਹ ਪੁਰਾਣੀਆਂ ਚੱਲੀ ਆਉਣੀਆਂ ਭਾਵੇਂ ਉਹ ਜਿੰਨਾ ਮਰਜ਼ੀ ਕੁਝ ਕਰ ਲਓ ਕਹਿੰਦੇ ਇਹਨਾਂ ਦੇ ਜਾਣਾ ਜੀ ਕਹਿੰਦੇ ਫਲਾਣੇ ਜਾਣਾ ਹਨ ਤੇ ਉਹ ਏਦਾਂ ਵੀ ਆਪਣੀ ਕਮਿਊਨਿਟੀ ਇੱਥੇ ਛੋਟੀ ਹੈ ਅਸੀਂ ਸਾਰਿਆਂ ਨੂੰ ਇਹੀ ਇੱਕ ਬੇਨਤੀ ਕਰਦੇ ਹਾਂ ਕਿ ਆਪਣੇ ਜਿਹੜੀ ਅਸਲ ਕਮਾਈ ਹੈ ਉਹ ਸਾਡੇ ਬੱਚੇ ਨੇ ਅਸੀਂ ਕਈ ਵਾਰੀ ਬੱਚਿਆਂ ਦਾ ਕਸੂਰ ਕੱਢਦੇ ਆ ਕਿ ਸਾਡਾ ਬੱਚਾ ਆ ਨਹੀਂ ਕਰਦਾ ਆ ਨਹੀਂ ਕਰਦਾ ਅਸੀਂ ਕਿੰਨਾਕ ਬੱਚਿਆਂ ਨੂੰ ਬੈਠ ਕੇ ਵੀਕਲੀ ਰੋਜ਼ ਮਹੀਨੇ ਬਾਅਦ ਕਦੀ ਵੀ ਪੁੱਛਿਆ ਕੀ ਆ ਕੀ ਕੀਤਾ ਬਹੁਤ ਸਾਰੇ ਤੁਸੀਂ ਘਰੇ ਜਾਓ ਕਿਸੇ ਦੇ ਜੀ ਬੱਚੇ ਤੁਹਾਡ ਨੂੰ ਸਾਸਿਕਾਲ ਕੁਝ ਨਹੀਂ ਬੁਲਾਉਂਦੇ ਮੈਨੂੰ ਪਤਾ ਜੀ ਉਹ ਬਾਹਰੋਂ ਆਉਂਦੇ ਸਿੱਧੇ ਪੌੜੀਆਂ ਚੜ ਜਾਂਦੇ ਹਾਂਜੀ ਠੀਕ ਹੈ ਉਹਦੀ ਵਜ੍ਹਾ ਇਹ ਨਾ ਜੀ ਕਿ ਤੁਸੀਂ ਉਹ ਵਜ੍ਹਾ ਸਾਡੀ ਜੀ ਤੁਸੀਂ 3000 ਸਕਰ ਫੁੱਟ ਦਾ ਮਕਾਨ ਲਿਆ ਤੇ ਜਿੱਥੇ ਤੁਹਾਡਾ 2000 ਸਰਦਾ ਸੀਗਾ ਹਾਂ ਹੁਣ 3000 ਲਈ ਪੇਮੈਂਟ ਉਹਦਾ ਇਕੱਠਾ ਕਰਨੀ ਤੇਰੋਂ ਬਾਹਰ ਹੀ ਰਹਿੰਦਾ ਬੱਚਾ ਨਾ ਟਾਈਮ ਕਿੱਥੋਂ ਗੁਜ਼ਾਰੂ ਉਹ ਤੁਹਾਨੂੰ ਬੁਲਾਉਂਦੇ ਨਹੀਂ ਉਹ ਚਲੇ ਜਾਂਦੇ ਹਨਾ ਤੇ ਬਾਅਦ ਵਿੱਚ ਜਿਹੜਾ ਗੈਸਟ ਗਿਆ ਹੁੰਦਾ ਉਹਨੂੰ ਮਹਿਸੂਸ ਹੁੰਦਾ ਉਹ ਸੋਚਦਾ ਰਹਿੰਦਾ ਕਿ ਯਾਰ ਬੱਚਾ ਤਾਂ ਮੈਨੂੰ ਜਾਣ ਦਾ ਬਾਹਰ ਮਿਲਦਾ ਵੀ ਆ ਹੀਨਸੇ ਹਾਏ ਨਾ ਨਦੀ ਮਨ ਹਾਲ ਹੋ ਐਨੀਥਿੰਗ ਉਹਦੇ ਵਿੱਚ ਇੰਨੀ ਕੀ ਗੱਲ ਐ ਹੋਰ ਕੁਝ ਨਹੀਂ ਹੈ ਕਿ ਜਿਹੜਾ ਤੁਸੀਂ ਆ ਜਿਹੜੀ ਬੱਚਿਆਂ ਦੀ ਸਕਿਨ ਜਿਹੜੀ ਐ ਬਹੁਤ ਕਮਿਊਨੀਕੇਸ਼ਨ ਜਿਹੜੀ ਉਹਦੇ ਬਾਰੇ ਤੁਸੀਂ ਅੱਗੇ ਬੱਚਿਆਂ ਨੂੰ ਲੈ ਕੇ ਆਂਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੰਤ ਵਿੱਚ ਇਸ ਬਾਰੇ ਥੋੜੀ ਹੋਰ ਜਾਣਕਾਰੀ ਦੇਣਾ ਚਾਹੁੰਦੇ ਹਾਂ ਉਸ ਤੋਂ ਬਾਅਦ ਅਸੀਂ ਜਿਹੜੀ ਵੀਡੀਓ ਪਲੇ ਕਰਾਂਗੇ ਨਹੀਂ ਤੁਸੀਂ ਵੀਡੀਓ ਪਲੇ ਕਰੋਗੇ ਬੱਚੇ ਤੁਸੀਂ ਦੇਖ ਲੈਣਾ ਕਿ ਉਹ ਕਿੰਨਾ ਵਧੀਆ ਪਰਫਾਰਮ ਕਰਦੇ ਆ ਉਹਨਾਂ ਚ ਕਿੰਨੇ ਬੱਚ ਤਾਂ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਮਤਲਬ ਵਾਲੇ ਮਹੀਨਾ ਵੀ ਨਹੀਂ ਹੋਇਆ ਉਸ ਕਲੱਬ ਚ ਜੁਆਇਨ ਕੀਤੇ ਹਨ ਤੇ ਇੱਕ ਨੇ ਕਿਹਾ ਜੀ ਮੈਨੂੰ ਫਾਇਦਾ ਇਹ ਹੋਇਆ ਕਿ ਪਹਿਲਾਂ ਮੈਂ ਡਰਦਾ ਸੀ ਕਿਸੇ ਨੂੰ ਹੈਲੋ ਹਾਈ ਕਰਦਾ ਹੁਣ ਨੋ ਆਈ ਐਮ ਨੋਟ ਅਫਰੇਡ ਟੂ ਸੇ ਹਾਈ ਟੂ ਐਨੀ ਉਹਨੇ ਕਿਹਾ ਕਿ ਇਟ ਕਾਜ਼ਸ ਅ ਰਿਪਲ ਇਫੈ ਤੇ ਇਹ ਜਿਹੜਾ ਤੁਹਾਨੂੰ ਵਰਜਨ ਦਿੱਤਾ ਬੜਾ ਛੋਟਾ ਦਿੱਤਾ ਪਰ ਤੁਹਾਨੂੰ ਮੈਂ ਆਈ ਵਿਲ ਸੈਂਡ ਦਾ ਫੁੱਲ ਲਿੰਕ ਟੂ ਯੂ ਯਾ ਯਾ ਨੋ ਪ੍ਰੋਬਲਮ ਪਲੇ ਕਰ ਸਕਦਾ 1 ਹਾਅਰ 2 ਹਾਅਰਸ ਨੋ ਪ੍ਰੋਬਲਮ ਵੀ ਹੈ 24 ਹਾਅਰਸ ਵੈਰੀ ਗੁੱਡ ਵੈਰੀ ਗੁੱਡ ਤੇ ਮੈਂ ਵੀ ਜਾਣ ਤੋਂ ਪਹਿਲਾਂ ਪੁੱਛੂਗਾ ਕਿ ਤੁਸੀਂ ਉਹ ਵੇਟ ਪਲੇਟ ਆਪਣੇ ਨੇੜੇ ਕਿਉਂ ਰੱਖਿਆ ਤੁਸੀਂ ਨਾਲ ਕੋਈ ਐਕਸਰਸੇਸ ਹੀ ਕਰਦੇ ਰਹੇ ਨਾ ਉਹ ਮੈਂ ਸਵੇਰੇ ਜਦ ਵਾਕ ਕਰਨ ਜਾਂਦਾ ਮੈਂ ਇੰਨਾ ਅੱਧਾ ਕਿਲੋ ਮੈਂ ਲਗਾਦਾ ਹਾਂ ਨਾ ਇਹ ਅੱਧਾ ਕਿਲੋ ਹੈ ਨਾ ਤੇ ਇਹ ਮੈਨੂੰ ਉਹਨਾਂ ਭਾਰ ਘਟਾਉਣਾ ਹੁੰਦਾ ਰੋਜ਼ ਅੱਛਾ ਠੀਕ ਮੇਰੀ ਬੜੀ ਦੇਰ ਦੇਖਾਂ ਚ ਹੈਗੀ ਹੈ ਮੈਂ ਇਹ ਦੂਜਾ ਕੰਪੋਨੈਂਟ ਕਿੱਦਾਂ ਚਲਾਗਾ ਕਿਉਂਕਿ ਭਾਰ ਨੂੰ ਵਧਾਉਣਾ ਬੜਾ ਸੌਖਾ ਜੀ ਘਟਾਉਣਾ ਬਹੁਤ ਔਖਾ ਮੈਂ ਚੀਮਾ ਸਾਹਿਬ ਕਹਿੰਦਾ ਹੁੰਦਾ ਕਿ ਜੇ ਤਾਂ ਸੇਹ ਠੀਕ ਰੱਖਣੀ ਹੈ ਜੀ ਤਾਂ ਬਾਹਰ ਨੂੰ ਬੰਦ ਰੱਖੋ ਠੀਕ ਹੈ ਨਾ ਜੇ ਆਪਣਾ ਘਰ ਚ ਲਾਉਣਾ ਘਰ ਜਾ ਕੇ ਮੂੰਹ ਬੰਦ ਰੱਖੋ ਸਹੀ ਗੱਲ ਹੈ ਦੋ ਹੀ ਲਾਈਨਾਂ ਨੇ ਸੌਖਾ ਤਰੀਕਾ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਤੇ ਦਸਾਂ ਸਭ ਮੈਂ ਤੁਹਾਨੂੰ ਕਹੂੰਗਾ ਤੁਸੀਂ 4 ਤਰੀਕ ਤੋਂ ਆਪਣਾ ਟੈਂਟੇਟਿਵ ਪ੍ਰੋਗਰਾਮ ਹੈਗਾ YLP ਸ਼ੁਰੂ ਕਰਨ ਦਾ ਸਾਂਝਾ ਪੰਜਾਬ ਦੇ ਵੱਲੋਂ YLP ਦੀ ਚੱਲ ਰਹੀ ਹੈ ਉਹਦੀ ਅਨਾਉਂਸਮੈਂਟ ਜਾਂ ਉਹਦੀ ਤੁਸੀਂ ਟਿੱਕਰ ਜਿਹੜਾ ਪਲੀਜ਼ ਰਨ ਕਰਦੇ ਹੋ ਜੈ ਨੋ ਪ੍ਰੋਬਲਮ ਤੇ ਮੈਨੂੰ ਕੰਟੈਕਟ ਕਰ ਸਕਦੇ ਆ ਤੁਹਾਨੂੰ ਕੰਟੈਕਟ ਕਰ ਸਕਦਾ ਬਾ 4 ਜੂਨ ਨਾਲ ਪ੍ਰੋਗਰਾਮ ਬਾਰੇ ਥੋੜੀ ਜਾਣਕਾਰੀ ਦੇ ਦਿਓ ਹਾਂਜੀ ਬਸ 4 ਜੂਨ ਨੂੰ ਹਰ ਫਰਾਈਡੇ ਤੋਂ 6:30 ਤੋਂ ਲੈ ਕੇ 8:30 ਵਜੇ ਤੱਕ ਐਵਰੀ ਫਰਾਈਡੇ ਹੂੰ 8 ਵੀਕ ਚ ਲੈ ਪ੍ਰੋਗਰਾਮ 9 ਵੀਕ ਦੇ ਵੇਲੇ ਅਸੀਂ ਮੋਜਾਂ ਕਰਦੇ ਹਾਂ ਸੈਲੀਬ੍ਰੇਟ ਕਰਦੇ ਹਾਂ ਅਸੀਂ ਸ਼ੋਕੇਸ ਕਰਦੇ ਹਾਂ ਆਪਣੇ ਹੋਸਟ ਨੂੰ ਕਿ ਤੁਹਾਡੀ ਸਪੌਂਸਰਸ਼ਿਪ ਨੇ ਸਾਡੇ ਬੱਚਿਆਂ ਨੂੰ ਕਿਸ ਜਗ੍ਹਾ ਤੇ ਪਹੁੰਚਾ ਦਿੱਤਾ ਤੇ ਬੱਚਿਆਂ ਨੂੰ انرੋਲ ਕਰਨ ਲਈ 6473332273 ਤੇ ਜਾਂ ਦੋਸਾਨ ਸਾਹਿਬ ਦੇ ਫੋਨ ਨੰਬਰ ਤੇ ਸਰ ਤੁਸੀਂ ਪੁਲਿਸ 4164197777 40047977 ਤੇ ਇੱਕ ਤੁਹਾਨੂੰ ਅਗਲੀ ਸਪੌਂਸਰਸ਼ਿਪ ਦੀ ਮੁਬਾਰਕਾਂ ਦੇਣਾ ਰਾਮ ਪਵਾਰ ਹੋਣੀ ਜੈਸ ਕਰਦੀ ਹੈ ਕਮਾਲ ਹੈ ਉਹ ਕਹਿੰਦੇ ਜੀ ਹਾਂਜੀ ਅਗਲੀ ਸਪਾਂਸਰਸ਼ਿਪ ਜਿਹੜੀ ਰਾਮਪੁਰਜੀ ਦੇਵਾਂਗੇ ਕੀ ਬਾਤ ਹੈ ਰਾਮ ਕੁਮਾਰ ਜੀ ਕੋਲ ਥੋੜੀ ਜਿਮ ਡਬਲ ਫੀਸ ਲਗਾਣੀ ਹੈ ਡਬਲ ਦੇ ਦਿਓ ਕੋਈ ਗੱਲ ਨਹੀਂ ਉਹਨੇ ਬਰੋਕਰੇ ਜੀ ਨੂੰ ਜਿੰਨੇ ਏਜੰਟ ਆਉਂਦੇ ਵੱਧ ਦੇ ਦਿਓ ਤੁਹਾਨੂੰ ਵੱਧ پیسے ਦੇ ਦਊਗਾ ਬਹੁਤ ਬਹੁਤ ਸ਼ੁਕਰੀਆ ਜਨਾਬ ਥੈਂਕ ਯੂ ਸੋ ਮਚ ਸਾਰੇ ਸੁਣੋ ਨਾਲ ਨੂੰ ਸਾਨੂੰ ਬਰਦਾਸ਼ਤ ਕਰਨ ਦਾ ਬਹੁਤ ਬਹੁਤ ਸ਼ੁਕਰੀਆ ਕੋਈ ਵੀ ਜ਼ਰੂਰਤ ਹੋਵੇ ਜਾਂ ਇਨਫੋਰਮੇਸ਼ਨ ਚਾਹੀਦੀ ਹੋਵੇ ਟੋਸਟਮਾਸਟਰਸ ਕਲੱਬ ਬਾਰੇ ਜਾਂ ਯੂਥ ਲੀਡਰਸ਼ਿਪ ਪ੍ਰੋਗਰਾਮ ਬਾਰੇ ਡੂ ਨਾਟ ਹੈਜ਼ਿਟੇਟ ਟੂ ਕੰਟੈਕਟ ਮੀ 647 3332273 ਬਾਕੀ ਰੀਅਲ ਏਸਟੇਟ ਦੇ ਮਹਾਰਾਜ ਤੇ ਇੱਥੇ ਬੈਠੇ ਆ ਅਜਸਤਾਨ ਦੇ ਬੱਚਿਆਂ ਅਗੇ ਨਿੱਕੇ ਨਿੱਕੇ ਇਸ ਤੁਰਨਾ ਸਿੱਖਿਆ ਇਹ ਬਹੁਤ ਅੱਗੇ ਚਲੇਗੇ ਜੀਮਾ ਸਾਹਿਬ ਤੁਹਾਡਾ ਬਹੁਤ ਬਤਾਨਗੇ ਥੈਂਕ ਯੂ ਸੋ ਮਚ ਬਹੁਤ